ਘਰ ਦੂਜਾ ਅਸਟ ਪਾਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਹਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਗੁਰ ਸਾਗਰ ਰਤਨੀ ਪਹਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵ ਸਰਵਰ ਮਹ ਹੰਸ ਪ੍ਰਾਣ ਪਤ ਪਾਵ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਸ਼ਬਦ ਅਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਨੂਰੇ ਨਜ਼ਰ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਧੰਨ ਧੰਨ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਮਹਾਨ ਅਸਥਾਨ ਡਿੱਠੇ ਸਭੇ ਥਾਂ ਨਹੀਂ ਤੁਧ ਜਿਹੀ ਆ ਦਰਬਾਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਹਾਲ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਤ ਸੰਗਤ ਜੀਓ ਗੁਰੂ ਕੀ ਬਖਸ਼ੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਕਿਰਪਾ ਕਰਕੇ ਅੱਜ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ ਉਸ ਵਿੱਚ ਗੁਰੂ ਦੀ ਤੁਲਨਾ ਸਾਗਰ ਨਾਲ ਕੀਤੀ ਗਈ ਹੈ ਗੁਰੂ ਦੀ ਤੁਲਨਾ ਦਰਿਆ ਨਾਲ ਵੀ ਕੀਤੀ ਜਾਂਦੀ ਹੈ ਅੱਜ ਭਾਵੇਂ ਸਤਿਗੁਰੂ ਜੀ ਨੇ ਕਿਹਾ ਗੁਰ ਸਾਗਰ ਰਤਨੀ ਭਰਪੂਰੇ
ਦਾਸ ਚਾਹੁੰਦਾ ਹੈ ਕਿ ਗੁਰੂ ਦੇ ਹੁਕਮ ਦੀ ਇੱਕ ਇੱਕ ਪੰਕਤੀ ਦੇ ਨਾਲ ਆਪਾਂ ਤੁਰੀਏ, ਉਹਨੂੰ ਸਮਝੀਏ ਅਤੇ ਜੀਵਨ ਦੇ ਵਿੱਚ ਅਪਣਾ ਲਈਏ। ਹੁਕਮ ਮੰਨਣ ਲਈ ਹੈ, ਕੇਵਲ ਸੁਣਨ ਲਈ ਨਹੀਂ ਹੈ। ਇੱਕ ਮਿੰਟ ਦੀ ਬੇਨਤੀ ਕਰਦੇ ਹਾਂ, ਅੱਜ ਵੇਖਦੇ ਹਾਂ ਸੋਸ਼ਲ ਮੀਡੀਆ ਨੂੰ, ਵਟਸਐਪ 'ਤੇ ਅਸੀਂ ਸਾਰਿਆਂ ਨੇ ਜਿੱਦਾਂ ਆਪਣੀ ਜ਼ਿੰਮੇਦਾਰੀ ਸਮਝ ਲਈ ਹੈ ਵੀ ਗੁਰੂ ਦੇ ਹੁਕਮ ਨੂੰ ਨਾ ਅੱਗੇ ਭੇਜੋ, ਅੱਗੇ ਫਾਰਵਰਡ ਕਰੋ, ਸੈਂਡ ਕਰੋ। ਦਰਬਾਰ ਸਾਹਿਬ ਦਾ ਹੁਕਮਨਾਮਾ, ਨਨਕਾਣਾ ਸਾਹਿਬ, ਪੰਜਾ ਸਾਹਿਬ, ਬੰਗਲਾ ਸਾਹਿਬ, ਸੀਸਗੰਜ ਸਾਹਿਬ, ਨਾਨਕ ਭਿਆਊ ਸਾਹਿਬ, ਤਖ਼ਤ ਦਮਦਮਾ ਸਾਹਿਬ, ਪਟਨਾ ਸਾਹਿਬ, ਬਸ ਹੁਕਮਨਾਮੇ ਆਏ, ਅੱਗੇ ਭੇਜੇ। ਨਹੀਂ, ਹੁਕਮਨਾਮਾ ਇਹ ਭਲਿਆ ਜਿਤਨਾ ਤੂੰ ਯਤਨ ਕਰ ਰਿਹਾ ਦਸ ਦਸ ਹੁਕਮਨਾਮੇ ਅੱਗੇ ਭੇਜਣ ਦੇ, ਕਿਉਂ ਨਾ ਇੱਕ ਹੁਕਮਨਾਮੇ ਦੀ ਵਿਚਾਰ ਤੂੰ ਆਪਣੇ ਜੀਵਨ ਵਿੱਚ ਵੀ ਅਪਣਾ ਲੈਂਦਾ। ਇਹ ਤਾਂ ਬਿਲਕੁਲ ਇਉਂ ਹੋਇਆ ਜਿਸ ਤਰ੍ਹਾਂ ਪਿਤਾ ਆਵਾਜ਼ ਮਾਰ ਕੇ ਪੁੱਤਰ ਨੂੰ ਕਹੇ ਪਾਣੀ ਦਾ ਗਲਾਸ ਚਾਹੀਦਾ ਹੈ, ਅਤੇ ਉਹ ਅੱਗੇ ਆਪਣੀ ਭੈਣ ਨੂੰ ਆਵਾਜ਼ ਮਾਰ ਕੇ ਕਹੇ ਵੀ ਪਾਣੀ ਦਾ ਗਲਾਸ ਭਰ ਕੇ ਦਿਆ। ਅੱਗੇ ਉਹਨੇ ਵੀ ਨੇ ਹੁਕਮ ਮੰਨਿਆ, ਉਹਨੇ ਆਪਣੀ ਮਾਂ ਨੂੰ ਆਵਾਜ਼ ਮਾਰ ਕੇ ਕਿਹਾ ਪਿਤਾ ਜੀ ਪਾਣੀ ਮੰਗਦੇ ਨੇ, ਉਹਨੇ ਵੀ ਨਹੀਂ ਮੰਨਿਆ। ਅੱਗੇ ਕਿਸੇ ਨੌਕਰਾਨੀ ਨੂੰ ਕਹਿ ਦਿੱਤਾ। ਹੁਕਮ ਕੋਈ ਖੇਡ ਨਹੀਂ ਹੈ। ਵੱਡੀ ਅਵੱਗਿਆ ਹੋ ਜਾਂਦੀ ਹੈ ਜਦ ਅਸੀਂ ਹੁਕਮਨਾਮੇ ਨੂੰ ਖੇਡ ਬਣਾ ਲੈਂਦੇ ਹਾਂ। ਨਹੀਂ, ਹੁਕਮਨਾਮਾ ਮੰਨਣਾ ਹੈ, ਸੁਣ ਕੇ ਮੰਨਣਾ ਹੈ। ਇਹ ਨਹੀਂ ਕਿ ਹੁਕਮਨਾਮੇ ਅੱਗੇ ਭੇਜ ਦੇਣੇ ਨੇ। ਗੁਰੂ ਕੀ ਬਾਣੀ ਦੀ ਵਿਚਾਰ ਕਿਸੇ ਰੂਪ ਵਿੱਚ ਵੀ ਭੇਜੋ, ਚੰਗੀ ਗੱਲ ਹੈ। ਪਰ ਜਿੱਥੇ ਤੁਹਾਨੂੰ ਹੁਕਮਨਾਮੇ ਦੇ ਰੂਪ ਵਿੱਚ ਇਹ ਪ੍ਰਾਪਤ ਹੋਈ ਹੈ, ਆਪ ਨੂੰ ਸਮਝਣਾ ਨਹੀਂ, ਅੱਗੇ ਭੇਜ ਦੇਣਾ, ਅਤੇ ਅਗਲਿਆਂ ਨੇ ਵੀ ਕੀ ਕਰਨਾ, ਕਿਉਂਕਿ ਦਸ ਦਸ ਹੁਕਮਨਾਮੇ ਆ ਗਏ, ਪੜ੍ਹਨਾ ਹੀ ਨਹੀਂ ਉਹਨਾਂ ਨੇ, ਬਿਨਾਂ ਪੜ੍ਹਿਆਂ ਡਿਲੀਟ ਕਰ ਦੇਣਾ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ ਜਾ ਰਿਹਾ ਹੋਵੇ ਅਤੇ ਕੋਈ ਗੁਰੂ ਕਾ ਸਿੱਖ ਜਾਂ ਬੇਟੀ ਸਾਹਮਣੇ ਬੱਚੀ ਬੈਠੀ ਹੋਵੇ, ਉਹਨੂੰ ਪਤਾ ਹੀ ਨਾ ਹੋਵੇ, ਅਤੇ ਉਹ ਪਿੱਠ ਵਿਖਾ ਕੇ ਤੁਰ ਪਵੇ, ਕਿੱਡੀ ਵੱਡੀ ਅਵੱਗਿਆ ਹੈ। ਯਤਨ ਕਰਨਾ ਹੈ ਕਿ ਹੁਕਮਨਾਮਾ ਪਹਿਲਾਂ ਆਪ ਸੁਣੀਏ, ਉਹਨੂੰ ਸਮਝੀਏ, ਮੰਨੀਏ, ਫਿਰ ਅੱਗੇ ਕਿਸੇ ਨੂੰ ਕਹੀਏ ਵੀ ਤੂੰ ਵੀ ਹੁਕਮਨਾਮਾ ਮੰਨ। ਗੁਰੂ ਕਿਰਪਾ ਕਰੇ, ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਆਪਾਂ ਇੱਕ ਇੱਕ ਪੰਕਤੀ ਦੇ ਨਾਲ ਤੁਰਾਂਗੇ। ਕਰੋ ਕਿਰਪਾ, ਮਨ ਜੇ ਕਿਤੇ ਭਟਕ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਅਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸਟ ਪਦੀਆ। ਧਨਾਸਰੀ ਮਹੱਲਾ ਪਹਿਲਾ, ਧਨਾਸਰੀ ਰਾਗ ਦੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਹ ਹੁਕਮ ਹੈ, ਘਰ ਦੂਜਾ ਰਾਗ ਅਨੁਸਾਰ ਇਹਨੂੰ ਦੂਜੇ ਘਰ 'ਚ ਗਾਉਣਾ ਹੈ। ਅਸ਼ਟਪਦੀਆਂ ਭਾਵ ਕਿ ਅੱਠ ਬੰਦਾਂ ਦਾ, ਅੱਠ ਪਦਾਂ ਦਾ ਇਹ ਸ਼ਬਦ ਹੈ, ਇਹ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਵਾਹਿਗੁਰੂ, ਇੱਕ ਓਅੰਕਾਰ ਮਿਲਦਾ ਕਿਸ ਤਰ੍ਹਾਂ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਸਦਕਾ ਉਹਦੀ ਪ੍ਰਾਪਤੀ ਹੁੰਦੀ ਹੈ। ਇੱਕ ਸ਼ਬਦ ਹੁੰਦਾ ਪ੍ਰਸਾਦ, ਇਹ ਜੋ ਹੈ, ਅਤੇ ਇੱਕ ਹੁੰਦਾ ਪ੍ਰਸ਼ਾਦ। ਪ੍ਰਸ਼ਾਦ ਅਸੀਂ ਗੁਰੂ ਕੀ ਦੇਗ ਨੂੰ ਕਹਿੰਦੇ ਹਾਂ। ਤੁਸੀਂ ਕਈ ਵਾਰੀ ਵੇਖੋ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ, ਅਤੇ ਸੇਵਾਦਾਰ ਵਰਤਾਉਂਦਿਆਂ ਜਾਂ ਲੈਂਦਿਆਂ ਇੱਕ ਕਿਣਕਾ ਵੀ ਪ੍ਰਸ਼ਾਦ ਦਾ ਜੇ ਥੱਲੇ ਡਿੱਗ ਜਾਵੇ, ਅਸੀਂ ਉਸੇ ਵੇਲੇ ਚੁੱਕ ਕੇ ਉਹਨੂੰ ਮੂੰਹ 'ਚ ਪਾ ਲੈਂਦੇ ਹਾਂ। ਸਾਨੂੰ ਕਦੀ ਘਿਰਣਾ ਨਹੀਂ ਆਉਂਦੀ ਵੀ ਇੱਥੇ ਕਈਆਂ ਦੇ ਪੈਰ ਪਏ ਹੋਣਗੇ, ਗਲੀਚੇ ਖਰਾਬ ਨੇ, ਕਿਉਂਕਿ ਸਾਨੂੰ ਪਤਾ ਹੈ ਉਹ ਪ੍ਰਸ਼ਾਦ ਅਤ ਪਵਿੱਤਰ ਵਸਤੂ ਹੈ, ਕਿਤੇ ਉਹਦੀ ਬੇਅਦਬੀ ਨਾ ਹੋ ਜਾਵੇ, ਉਹਨੂੰ ਚੱਕ ਕੇ ਅਸੀਂ ਮੂੰਹ 'ਚ ਪਾ ਲੈਂਦੇ ਹਾਂ।
ਪ੍ਰਸ਼ਾਦ ਤੋਂ ਉੱਤੇ ਦੀ ਚੀਜ਼ ਹੈ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਕਿਰਪਾ, ਜੋ ਕਿਰਪਾ ਇਸ ਵੇਲੇ ਵਰਤ ਰਹੀ ਹੈ ਹੁਕਮ ਦੇ ਰੂਪ ਵਿੱਚ, ਗੁਰੂ ਦੇ ਬਚਨਾਂ ਦੇ ਰੂਪ ਵਿੱਚ। ਕਹਿੰਦੇ ਇਹਨਾਂ ਬਚਨਾਂ ਰਾਹੀਂ, ਗੁਰੂ ਦੀ ਇਸ ਕਿਰਪਾ ਰਾਹੀਂ ਮਾਲਕ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਅਤੇ ਜਦ ਤੁਸੀਂ ਗੁਰੂ ਦਰਬਾਰ ਵਿੱਚ ਜਾਂ ਘਰ ਬੈਠੇ ਕਿਤੇ ਹੁਕਮ ਦੀ ਵਿਚਾਰ ਸੁਣ ਰਹੇ ਹੋ, ਉਦੋਂ ਤੁਹਾਡਾ ਧਿਆਨ ਇੱਧਰ ਉੱਧਰ ਭਟਕਦਾ ਹੈ, ਹਿਰਦਾ ਰੂਪੀ ਝੋਲੀ ਇੱਧਰ ਉੱਧਰ ਹੁੰਦੀ ਹੈ, ਦਿਮਾਗ ਚੇਤੇ ਵਿੱਚ ਇਹ ਗੱਲ ਨਹੀਂ ਆਉਂਦੀ, ਅਤੇ ਇਉਂ ਜਾਣੋ ਗੁਰੂ ਦੇ ਬਚਨ ਵੀ ਇੱਧਰ ਉੱਧਰ ਡਿੱਗਦੇ ਨੇ ਅਤੇ ਬੇਅਦਬੀ ਹੁੰਦੀ ਹੈ। ਇਸ ਕਰਕੇ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਸਤਿਗੁਰੂ ਦੀ ਕਿਰਪਾ ਸਦਕਾ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ। ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਇੱਕ ਸਾਗਰ ਹੈ, ਸਮੁੰਦਰ ਹੈ, ਜਿਹਦੇ 'ਚ ਰਤਨ ਭਰੇ ਹੋਏ ਨੇ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ, ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਕਹਿੰਦੇ ਗੁਰੂ ਇੱਕ ਦਰਿਆ ਏ, ਉਹਦੇ ਵਿੱਚ ਕੀਮਤੀ ਸ਼ਬਦ ਰੂਪੀ ਮੋਤੀ ਨੇ, ਚੁਗਦੇ ਕੌਣ ਨੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਜਿਹੜੇ ਗੁਰਮੁਖ ਸਿੱਖ ਨੇ, ਜੋ ਸਾਦਗੀ ਵਾਲੇ ਜੀਵਨ ਵਾਲੇ ਨੇ, ਉਹ ਸੰਤ ਜਿਨ੍ਹਾਂ ਦੇ ਜੀਵਨ ਵਿੱਚੋਂ ਸੰਸਾਰ ਦਾ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦਾ ਅੰਤ ਹੋ ਗਿਆ ਏ ਅਤੇ ਪਰਮਾਤਮਾ ਪ੍ਰਗਟ ਹੋ ਗਿਆ ਹੈ, ਉਸ ਅਵਸਥਾ ਤੱਕ ਪਹੁੰਚਣ ਲਈ ਕਹਿੰਦੇ ਇਹ ਰਤਨ, ਇਹ ਕੀਮਤੀ ਮੋਤੀ ਚੁਗਣੇ ਜ਼ਰੂਰੀ ਨੇ। ਅਤੇ ਗੁਰਮੁਖ ਸਿੱਖ ਜਿਹੜੇ ਨੇ ਨਾ, ਉਹ ਗੁਰੂ ਦਰਿਆ ਕੋਲ ਆ ਕੇ ਬੈਠਦੇ ਨੇ ਅਤੇ ਮੋਤੀ ਚੁੱਕਦੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਕੁਝ ਬਚਨ ਕਹੇ ਨੇ, ਕਹਿੰਦੇ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ। ਕਹਿੰਦੇ ਗੁਰੂ ਕੇ ਸਿੱਖਾ, ਮਾਨ ਸਰੋਵਰ 'ਤੇ ਜਾ ਕੇ ਹੰਸ ਬੈਠਦਾ ਹੈ, ਪਰ ਸਾਧ ਸੰਗਤ ਵਿੱਚ ਪਰਮ ਹੰਸ ਬੈਠਦੇ ਨੇ। ਹੈਂ, ਪਰਮ ਹੰਸ, ਹੰਸ ਤੋਂ ਵੀ ਉੱਪਰ ਦੀ ਗੱਲ, ਇਹ ਕਿਸ ਤਰ੍ਹਾਂ ਹੋ ਗਿਆ, ਉਹ ਪਰਮ ਹੰਸ ਕਿਉਂ ਨੇ? ਅਤੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਤਿੰਨ ਉਦਾਹਰਣ ਦੇ ਕੇ ਸਮਝਾਉਂਦੇ ਨੇ, ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚੱਲ ਆਵਈ। ਕਹਿੰਦੇ ਪਰਮ ਹੰਸ ਆ ਕੇ ਬੈਠਦੇ ਨੇ ਸਾਧ ਸੰਗਤ ਵਿੱਚ, ਗੁਰੂ ਸਮੁੰਦਰ ਕੋਲ ਅਤੇ ਉਹ ਮਾਨ ਸਰੋਵਰ ਕੋਲ ਹੰਸ, ਪਰ ਹੰਸ ਤੋਂ ਉੱਪਰ ਗੁਰੂ ਕਾ ਸਿੱਖ, ਗੁਰਮੁਖ ਸਿੱਖ ਕਿਸ ਤਰ੍ਹਾਂ ਹੋ ਗਿਆ? ਅਤੇ ਭਾਈ ਸਾਹਿਬ ਜੀ ਨੇ ਦੱਸਿਆ, ਉਤ ਮੁਕਤਾਹਲ ਆਹਾਰ ਦੁਤੀਆ ਨਾਸਤ ਇਤ ਗੁਰ ਸ਼ਬਦ ਸੁਰਤ ਚਿਤ ਲਾਵਹੀ। ਕਹਿੰਦੇ ਉੱਥੇ ਮਾਨ ਸਰੋਵਰ 'ਤੇ ਜਿਹੜਾ ਹੰਸ ਬੈਠਾ ਹੈ ਨਾ, ਉਹ ਮੋਤੀ ਚੁੱਕਦਾ ਹੈ, ਸੁੱਚੇ ਮੋਤੀ ਚੁੱਕਦਾ ਹੈ। ਅਤੇ ਇੱਥੇ ਵੀ ਗੁਰੂ ਕਾ ਸਿੱਖ ਜਿਹੜਾ ਹੈ ਨਾ, ਉਹ ਸ਼ਬਦ ਰੂਪੀ ਮੋਤੀ ਚੁੱਕਦਾ ਹੈ। ਅਤੇ ਜਗਿਆਸੂ ਕਹਿੰਦਾ, ਫਿਰ ਫਰਕ ਤਾਂ ਕੋਈ ਨਾ ਹੋਇਆ, ਉਹ ਵੀ ਚੰਗੀ ਵਸਤੂ ਛੱਕ ਰਿਹਾ ਹੈ, ਉਹ ਵੀ ਚੰਗੀ ਵਸਤੂ ਛੱਕ ਰਿਹਾ ਹੈ, ਫਿਰ ਉਹ ਹੰਸ ਅਤੇ ਇਹ ਪਰਮ ਹੰਸ ਕਿਸ ਤਰ੍ਹਾਂ ਹੋ ਗਿਆ? ਅਤੇ ਫਿਰ ਅਗਲੀ ਗੱਲ ਕਹੀ ਭਾਈ ਗੁਰਦਾਸ ਸਾਹਿਬ ਜੀ ਨੇ, ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ ਇਤ ਗੁਰਮਤ ਦੁਰਮਤ ਕੈ ਸਮਝਾ ਬਈ। ਕਹਿੰਦੇ ਉੱਧਰ ਜਿਹੜਾ ਹੰਸ ਹੈ ਨਾ, ਵਾਹਿਗੁਰੂ ਜੀ ਨੇ ਉਹਦੀ ਚੁੰਝ ਦੇ 'ਚ ਐਸੀ ਬਰਕਤ ਭਰੀ ਹੈ ਕਿ ਉਹਦੇ ਸਾਹਮਣੇ ਜੇ ਕਿਤੇ ਤੁਸੀਂ ਦੁੱਧ ਵੀ ਰੱਖਦੇ ਹੋ ਨਾ, ਅਤੇ ਉਹ ਜਿਸ ਵੇਲੇ ਚੁੰਝ ਮਾਰਦਾ ਹੈ, ਦੁੱਧ ਦੀਆਂ ਫਿੱਟੀਆਂ ਬਣ ਜਾਂਦੀਆਂ ਨੇ, ਪਾਣੀ ਵੱਖ ਹੋ ਜਾਂਦਾ ਅਤੇ ਦੁੱਧ ਛੱਕ ਲੈਂਦਾ ਹੈ। ਇੱਥੇ ਜਿਹੜੇ ਗੁਰੂ ਕੇ ਸਿੱਖ, ਜਿਨ੍ਹਾਂ ਨੂੰ ਪਰਮ ਹੰਸ ਕਹਿ ਰਿਹਾ ਹਾਂ, ਇਹ ਗੁਰੂ ਦੀ ਗੁਰਮਤ ਦੇ ਧਾਰਨੀ ਬਣ ਕੇ ਦੁਰਮਤ ਨੂੰ ਵੱਖ ਕਰ ਦਿੰਦੇ ਨੇ ਅਤੇ ਗੁਰਮਤ ਨੂੰ ਧਾਰਨ ਕਰ ਲੈਂਦੇ ਨੇ। ਜਗਿਆਸੂ ਕਹਿੰਦਾ, ਇਹ ਵੀ ਚੰਗੀ ਗੱਲ ਹੈ, ਪਰ ਫਰਕ ਤਾਂ ਕੋਈ ਨਾ ਹੋਇਆ, ਉਹ ਵੀ ਉੱਥੇ ਚੰਗੀ ਗੱਲ ਛੱਕ ਰਿਹਾ ਹੈ, ਇੱਥੇ ਇਹ ਵੀ ਗੁਰਮਤ ਦੇ ਧਾਰਨੀ ਹੋ ਰਹੇ ਨੇ, ਪਰਮ ਹੰਸ ਕਿਸ ਤਰ੍ਹਾਂ ਹੋ ਗਏ? ਉਦੋਂ ਫਿਰ ਗੱਲ ਮੁਕਾਈ ਭਾਈ ਗੁਰਦਾਸ ਸਾਹਿਬ ਜੀ ਨੇ, ਕਹਿੰਦੇ ਸੱਜਣਾ ਫਿਰ ਸੁਣ ਲੈ, ਉਤ ਬਗ ਹੰਸ ਬੰਸ ਦੁਬਧਾ ਨਾ ਮੇਟ ਸਕੈ। ਕਹਿੰਦੇ ਜਿਹੜਾ ਹੰਸ ਹੈ ਨਾ, ਹੰਸ ਅਤੇ ਪਰਮ ਹੰਸ 'ਚ ਕੀ ਫਰਕ ਹੈ? ਕਹਿੰਦੇ ਜਿਹੜਾ ਹੰਸ ਹੈ, ਉਹਦੀ ਸੰਗਤ ਜੇ ਬਗਲਾ ਕਰ ਲਵੇ ਤੇ ਹੰਸ ਦੇ 'ਚ ਇਤਨੀ ਬਰਕਤ ਨਹੀਂ ਹੈ, ਉਹ ਆਪ ਹੰਸ ਜ਼ਰੂਰ ਹੈ, ਉਹ ਚੰਗਾ ਛੱਕਦਾ ਹੈ, ਪਰ ਉਹਦੀ ਸੰਗਤ ਜੇ ਬਗਲਾ ਕਰ ਲਵੇ ਨਾ,
ਤੇ ਹੰਸ 'ਚ ਇਤਨੀ ਬਰਕਤ ਨਹੀਂ ਕਿ ਉਹਨੂੰ ਵੀ ਆਪਣੇ ਵਰਗਾ ਹੰਸ ਬਣਾ ਲਵੇ। ਪਰ ਇੱਧਰ ਕੀ ਇਤ ਕਾਗ ਪਾਗ ਸਮ ਰੂਪ ਕੈ ਮਿਲਾਵਹੀ, ਕਹਿੰਦੇ ਇੱਥੇ ਜਿਹੜੇ ਪਰਮ ਹੰਸ ਗੁਰਸਿੱਖ ਨੇ ਨਾ, ਗੁਰਮੁਖ ਨੇ ਨਾ, ਜੋ ਗੁਰੂ ਦਰਿਆ ਕੋਲ ਆ ਕੇ ਬੈਠਦੇ ਨੇ, ਗੁਰੂ ਸੰਗਤ ਗੁਰੂ ਸਮੁੰਦਰ ਦੀ ਸੰਗਤ ਕਰਦੇ ਨੇ ਤੇ ਸ਼ਬਦ ਰੂਪੀ ਮੋਤੀ ਚੁਗਦੇ ਨੇ, ਉਹਨਾਂ ਕੋਲ ਐਸੀ ਬਰਕਤ ਆ ਜਾਂਦੀ ਹੈ ਕਿ ਜੇ ਕਿਤੇ ਕਾਂ ਬਿਰਤੀ ਵਾਲਾ ਮਨਮੁਖ ਵੀ ਆ ਕੇ ਉਸ ਗੁਰਮੁਖ ਦੀ ਸੰਗਤ ਕੁਝ ਦਿਨ ਕਰੇ ਨਾ, ਤੇ ਕਹਿੰਦੇ ਉਸ ਕਾਂ ਬਿਰਤੀ ਵਾਲੇ ਨੂੰ ਵੀ ਉਹ ਆਪਣੇ ਵਰਗਾ ਹੀ ਪਰਮ ਹੰਸ ਬਣਾ ਲੈਂਦੇ ਨੇ। ਗੁਰੂ ਕੋਲ ਇਹ ਬਰਕਤ ਹੈ। ਸਾਹਿਬ ਕਹਿੰਦੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਇਹੋ ਜੇ ਗੁਰਮੁਖ ਕਹਿੰਦੇ ਗੁਰੂ ਸਮੁੰਦਰ ਤੋਂ ਦੂਰ ਨਹੀਂ ਜਾਂਦੇ, ਇਉਂ ਹੀ ਸ਼ਬਦ ਰੂਪੀ ਮੋਤੀ ਛਕਦੇ ਰਹਿੰਦੇ ਨੇ। ਹਰ ਰਸ ਚੋਗ ਚੁਗਹੇ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਇਹ ਜਿਹੜੇ ਗੁਰਮੁਖ ਸਿੱਖ ਨੇ ਇਹ ਹਰੀ ਦੇ ਰਸ ਰੂਪੀ ਚੋਗੇ ਨੂੰ ਚੁਗਦੇ ਨੇ, ਇਸ ਕਰਕੇ ਪ੍ਰਭੂ ਨੂੰ ਭਾਉਂਦੇ ਨੇ, ਮਾਲਕ ਵਾਹਿਗੁਰੂ ਜੀ ਨੂੰ ਪਿਆਰੇ ਲੱਗਦੇ ਨੇ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ, ਗੁਰੂ ਸਮੁੰਦਰ ਦੇ ਵਿੱਚ ਟਿਕ ਕੇ ਕਹਿੰਦੇ ਪ੍ਰਾਣਾਂ ਦੇ ਪਤੀ ਮਾਲਕ ਵਾਹਿਗੁਰੂ ਦੀ ਉਹ ਪ੍ਰਾਪਤੀ ਕਰ ਲੈਂਦੇ ਨੇ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵੋ। ਇਉਂ ਗੁਣ ਗਾਉਂਦਿਆਂ ਗਵਾਉਂਦਿਆਂ ਗੁਰੂ ਦੀ ਸੰਗਤ ਰਾਹੀਂ ਕਹਿੰਦੇ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲੈਂਦੇ ਹਨ। ਕਿਆ ਬਗ ਬਪੁੜਾ ਛਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ। ਪਰ ਦੂਜੇ ਪਾਸੇ ਇੱਕ ਮਨਮੁਖ ਹੋਵੇ ਜੋ ਬਿਲਕੁਲ ਬਗਲੇ ਵਰਗਾ ਹੈ, ਕਹਿੰਦੇ ਉਹ ਛੱਪੜੀਆਂ ਦੇ ਚ ਨਹਾਉਂਦਾ ਏ, ਉਹ ਸਮੁੰਦਰ ਨੂੰ ਛੱਡ ਦਿੰਦਾ ਏ ਤੇ ਛੱਪੜ ਲੱਭਦਾ ਏ। ਸਤਸੰਗਤ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਮਹਾਨ ਦਰਿਆ ਸਮੁੰਦਰ ਨੂੰ ਛੱਡ ਕੇ ਕਿਤੇ ਦੇਹਧਾਰੀ ਗੁਰੂ, ਕਿਤੇ ਭੁਲੇਖਾ ਪਾਉਣ ਵਾਲੀ ਕਬਰਾਂ ਮੜੀਆਂ ਮਸਾਣਾਂ ਛੱਪਣਾਂ ਵੱਲ ਜੇ ਦੌੜੀਏ ਤੇ ਕਹਿੰਦੇ ਹਾਲਤ ਕੀ ਹੋਵੇਗੀ, ਉਹ ਬਗਲੇ ਵਰਗੀ ਹੀ ਹੋ ਜਾਵੇਗੀ ਤੇ ਚਿੱਕੜ ਨਾਲ ਭਰ ਜਾਵਾਂਗੇ, ਤੇ ਕਹਿੰਦੇ ਉਹ ਜਿਹੜੀ ਮੈਲ ਹੈ ਨਾ ਕਦੀ ਉਤਰੇਗੀ ਨਹੀਂ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਈਐ ਪੂਰਾ ਨਹਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਕਹਿੰਦੇ ਇਹ ਹੈ ਐਸਾ ਸਮੁੰਦਰ, ਇਹ ਹੈ ਐਸਾ ਦਰਿਆ ਜਿੱਥੇ ਨਹਾਉਣ ਨਾਲ ਪੂਰਾ ਨਹਾਉਣਾ ਮਿਲਦਾ ਏ, ਅੰਦਰ ਤੱਕ ਦਾ ਇਸ਼ਨਾਨ ਹੋ ਜਾਂਦਾ ਏ। ਪਰ ਭਲਿਓ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਦਰਿਆ ਨੂੰ ਸਮੁੰਦਰ ਨੂੰ ਛੱਡ ਕੇ ਕਿਤੇ ਦੇਹਧਾਰੀ ਗੁਰੂਆਂ ਵੱਲ ਭੱਜਾਂਗੇ ਨਾ, ਤੇ ਹਾਲਤ ਉਹੀ ਹੋਵੇਗੀ, ਉਹ ਬਗਲੇ ਵਾਲੀ ਛੱਪੜ ਵਿੱਚ ਨਹਾ ਕੇ ਤੇ ਕਿੱਚੜ ਨਾਲ ਹੀ ਭਰਿਆ ਜਾਣਾ ਏ, ਕਿ ਚਿੱਕੜ ਆਲੂਦ ਹੋਣਾ ਏ, ਬਚਿਆ ਨਹੀਂ ਜਾ ਸਕਦਾ। ਰਹਾਓ ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭਏ ਨਿਰੰਕਾਰੀ। ਰਹਾਉ ਵਾਲੀ ਪੰਕਤੀ ਸੀ, ਉੱਥੇ ਠਹਿਰ ਜਾਣ ਦੀ ਗੱਲ ਹੈ, ਰੁਕੋ ਥੋੜਾ, ਸਮਝੋ ਗੱਲ ਨੂੰ, ਇਸ ਗੱਲ ਨੂੰ ਸਮਝੋ, ਇੱਕ ਪਾਸੇ ਸਮੁੰਦਰ ਹੈ ਦਰਿਆ ਹੈ ਤੇ ਦੂਸਰੇ ਪਾਸੇ ਛੱਪੜ ਹੈ, ਛੱਪੜ ਤੋਂ ਉਹ ਪ੍ਰਾਪਤੀ ਤੇ ਨਹੀਂ ਹੋ ਸਕਦੀ ਜੋ ਸਮੁੰਦਰ ਤੋਂ ਹੋ ਸਕਦੀ ਹੈ, ਜੋ ਦਰਿਆ ਤੋਂ ਹੋ ਸਕਦੀ ਹੈ। ਤੇ ਕਹਿੰਦੇ ਜਿਹੜੇ ਸੂਝਵਾਨ ਗੁਰਮੁਖ ਸਿੱਖ ਨੇ ਨਾ, ਉਹ ਕੀ ਕਰਦੇ ਨੇ, ਰੱਖ ਰੱਖ ਚਰਨ ਧਰੇ ਵਿਚਾਰੀ, ਐਵੇਂ ਨਹੀਂ ਤੁਰ ਪੈਂਦੇ ਜਿੱਧਰ ਕਿਸੇ ਨੇ ਕਿਹਾ ਉੱਧਰ ਤੁਰ ਪਏ, ਕਹਿੰਦੇ ਨਹੀਂ, ਉਹ ਬੜਾ ਸੋਚ ਕੇ ਕਦਮ ਧਰਦੇ ਨੇ, ਇੱਕ ਇੱਕ ਪੈਰ ਉਹ ਸੋਚ ਵਿਚਾਰ ਕੇ ਤੁਰਦੇ ਨੇ। ਦੁਬਦਾ ਛੋੜ ਭਏ ਨਿਰੰਕਾਰੀ, ਦੁਬਦਾ ਵਿੱਚ ਨਹੀਂ ਪੈਂਦੇ, ਦੁਬਦਾ ਦੁਚਿੱਤਾਪਣ, ਦੋ ਬੇੜੀਆਂ 'ਚ ਪੈਰ ਰੱਖਣਾ, ਇੱਧਰ ਜਾਵਾਂ ਕਿ ਉੱਧਰ ਜਾਵਾਂ, ਤੁਸੀਂ ਵੇਖੋ ਜਿਹੜਾ ਇੱਕ ਪਾਸੇ ਲੱਗ ਜਾਵੇ ਨਾ, ਉਹ ਦੂਜੇ ਪਾਸੇ ਬਾਰੇ ਨਹੀਂ ਸੋਚਦਾ, ਉਹ ਇੱਕ ਪਾਸੇ ਤੁਰਦਾ ਏ, ਇੱਕ ਬੇੜੀ ਦੇ 'ਚ ਸਵਾਰ ਕਦੀ ਡੁੱਬਦਾ ਨਹੀਂ ਤੇ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਡੁੱਬ ਜਾਂਦਾ ਏ। ਇਉਂ ਬੇਅੰਤ
ਲੋਕ ਡੁੱਬਦੇ ਆਏ ਨੇ, ਇਹਨਾਂ ਡੁੱਬਦਾ ਬਹੁਤੇ ਘਰ ਗਾਲੇ, ਬੜੇ ਘਰ ਬਰਬਾਦ ਹੋਏ ਨੇ, ਇੱਥੇ ਹੀ ਪ੍ਰਥੀ ਚੰਦ ਬਰਬਾਦ ਹੋਇਆ ਏ, ਇੱਥੇ ਧੀਰ ਮਲ ਬਰਬਾਦ ਹੋਇਆ ਏ, ਜਿਨ੍ਹਾਂ ਨੂੰ ਭੁਲੇਖਾ ਪਾ ਦਿੱਤਾ ਗਿਆ, ਇੱਥੇ ਰਾਮ ਰਾਏ ਔਰੰਗਜ਼ੇਬ ਲੱਗ ਕੇ ਬਰਬਾਦ ਹੋਇਆ, ਕਿਉਂਕਿ ਡੁੱਬਦਾ ਵਿੱਚ, ਇਹ ਵੀ ਤਾਂ ਗੁਰੂ ਪੁੱਤਰ ਸਨ ਨਾ। ਪਰ ਦੂਜੇ ਪਾਸੇ ਜਿਨ੍ਹਾਂ ਮਹਾਨ ਸ਼ਹੀਦਾਂ ਦੀ, ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਆਏ ਹਾਂ, ਨਿੱਕੀਆਂ ਜਿੰਦਾਂ ਵੱਡੇ ਸਾਕੇ, 7 ਸਾਲ ਅਤੇ 9 ਸਾਲ ਦੀ ਉਮਰ ਕੀ ਹੁੰਦੀ ਹੈ, ਪਰ ਤੁਸੀਂ ਦੇਖੋ ਕਦਮ ਕਿਸ ਤਰ੍ਹਾਂ ਧਰਦੇ ਨੇ। ਇੱਕ ਪਾਸੇ ਨੇ ਨਾ, ਇੱਕ ਪਾਸੇ ਨੇ, ਜੇ ਕਿਤੇ ਪਹੁੰਚਦੇ ਨੇ ਸੂਬੇ ਦੀ ਕਚਹਿਰੀ ਤੇ ਉਹ ਚਲਾਕੀ ਕਰਦੇ ਨੇ, ਵੱਡਾ ਦਰਵਾਜ਼ਾ ਬੰਦ ਕਰਕੇ ਬਾਰੀ ਥਾਣੀ ਉਹ ਛੋਟੀ ਜਿਹੀ ਖਿੜਕੀ ਨਾਲ ਸੋਚਦੇ ਨੇ ਨਿਕਲ ਜਾਣ, ਤੇ ਜਿਉਂ ਸਿਰ ਝੁਕਾ ਕੇ ਨਿਕਲਣਗੇ ਅਸੀਂ ਕਹਿ ਦਾਂਗੇ ਸਿਰ ਝੁਕਾ ਦਿੱਤੇ ਨੇ ਇਹਨਾਂ ਨੇ, ਧਰਮ ਛੱਡ ਦਿੱਤਾ, ਸਾਡੇ ਵੱਲ ਆ ਗਏ ਨੇ। ਪਰ ਦੇਖੋ ਰੱਖ ਰੱਖ ਚਰਨ ਧਰੇ ਵਿਚਾਰੀ, ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਵਰਗੀ ਸੂਝ ਹੋ ਸਕਦੀ ਕਿਸੇ ਅੱਗੇ? ਇਹ ਸੀਸ ਜਿਹੜਾ ਏ ਕੇਵਲ ਗੁਰੂ ਦੇ ਸਨਮੁਖ ਝੁਕਦਾ ਏ, ਕਿਸੇ ਦੁਨਿਆਵੀ ਬਾਦਸ਼ਾਹ ਜਾਂ ਸ਼ਹਿਨਸ਼ਾਹ ਜਾਂ ਨਵਾਬ ਦੇ ਸਾਹਮਣੇ ਨਹੀਂ ਝੁਕੇਗਾ। ਤੇ ਪਹਿਲਾਂ ਆਪਣਾ ਪੈਰ ਸੋਚ ਸਮਝ ਕੇ ਅੱਗੇ ਕੱਢਿਆ ਏ, ਉਸ ਤੋਂ ਬਾਅਦ ਸਿਰ ਕੱਢਿਆ ਏ। ਜੁਰਤ ਦੇਖੋ ਅੰਦਰ ਪਹੁੰਚ ਕੇ, ਤੇ ਇੱਕਦਮ ਹੀ ਗੱਜ ਕੇ ਫਤਿਹ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਕਚਹਿਰੀ ਸੁੰਨ ਹੋ ਗਈ ਉਹਨਾਂ ਦੀ ਜੁਰਤ ਵੇਖ ਕੇ। ਤੇ ਵਜ਼ੀਰ ਖਾਨ ਕਹਿੰਦਾ ਏ, ਤੁਹਾਨੂੰ ਡਰ ਨਹੀਂ ਲੱਗਦਾ? ਤੁਹਾਡੇ ਪਿਤਾ ਨੂੰ ਅਸੀਂ ਖਤਮ ਕਰ ਦਿੱਤਾ ਏ, ਝੂਠ ਬੋਲੇ ਨੇ, ਤੁਹਾਡੇ ਦੋਨੋਂ ਵੀਰਾਂ ਨੂੰ ਮਾਰ ਮੁਕਾਇਆ ਏ, ਤੇ ਤੁਹਾਨੂੰ ਡਰ ਨਹੀਂ ਹੈ? ਤੇ ਸਾਹਿਬਜ਼ਾਦਿਆਂ ਨੇ ਲਲਕਾਰ ਕੇ ਕਹਿ ਦਿੱਤਾ, ਸੱਚ ਕਦ ਡਰਦਾ ਹੈ ਤਲਵਾਰਾਂ ਤੋਂ, ਸੱਚ ਕਦ ਡਰਦਾ ਹੈ ਲਲਕਾਰਾਂ ਤੋਂ, ਸੱਚ ਕਦ ਡਰਦਾ ਹੈ ਦੀਵਾਰਾਂ ਤੋਂ, ਸੱਚ ਤਾਂ ਨਿਭਦਾ ਹੈ ਸਚਿਆਰਾਂ ਤੋਂ। ਅਸੀਂ ਸਚਿਆਰ ਸਿੱਖ ਹਾਂ, ਅਸੀਂ ਸੱਚ ਵਾਲੇ ਪਾਸੇ ਤੁਰਦੇ ਹਾਂ, ਅਸੀਂ ਡੁੱਬਦਾ ਵਿੱਚ ਨਹੀਂ ਹਾਂ ਵੀ ਕਦੀ ਉੱਧਰ ਹੋ ਗਏ ਕਦੀ ਉੱਧਰ ਹੋ ਗਏ, ਅਸੀਂ ਇੱਕ ਪਾਸੇ ਤੁਰਨਾ ਏ। ਪੰਕਤੀਆਂ ਪਿੱਛੇ ਪੜ ਰਹੇ ਹੋ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਐਵੇਂ ਥੋੜਾ ਕਹਿ ਦਿੱਤਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਸੀਸ ਤਲੀ ਤੇ ਧਰ ਕੇ ਆਉਣਾ ਹੈ। ਕਦੀ ਕਦੀ ਸਤਸੰਗਤ ਜੀ ਸੋਚਦਾ ਵੀ ਸੀਸ ਦੀ ਹੀ ਗੱਲ ਕਿਉਂ ਆਉਂਦੀ ਹੈ, ਸਤਿਗੁਰ ਆਗੈ ਸੀਸ ਭੇਟ ਦੇਵੋ, ਜੇ ਸਤਿਗੁਰ ਸੱਚਾ ਭਾਵ ਹੈ, ਹਮ ਵੇਚੋ ਸਿਰ ਸਤਿਗੁਰ ਕਹਿ, ਵੀ ਕੋਈ ਸਰੀਰ ਦਾ ਹੋਰ ਅੰਗ ਵੀ ਤੇ ਗੁਰੂ ਨੂੰ ਦਿੱਤਾ ਜਾ ਸਕਦਾ ਏ, ਵੇਚਿਆ ਜਾ ਸਕਦਾ, ਭੇਟ ਕੀਤਾ ਜਾ ਸਕਦਾ ਏ, ਸਿਰ ਹੀ ਕਿਉਂ ਕਿਹਾ ਜਾਂਦਾ ਏ? ਇਸ ਕਰਕੇ ਕਿਹਾ ਜਾਂਦਾ ਏ ਕਿਉਂਕਿ ਸਰੀਰ ਦਾ ਕੋਈ ਵੀ ਹੋਰ ਅੰਗ ਦੇ ਦਿੱਤਾ ਜਾਵੇ ਜਾਂ ਐਕਸੀਡੈਂਟ ਦੇ ਵਿੱਚ ਕੋਈ ਅੰਗ ਟੁੱਟ ਭੱਜ ਜਾਵੇ, ਖਤਮ ਹੋ ਜਾਵੇ, ਤਾਂ ਵੀ ਬੰਦਾ ਜਿੰਦਾ ਰਹਿੰਦਾ ਹੈ, ਪਿੱਛੇ ਕੁਝ ਰਹਿ ਜਾਂਦਾ ਹੈ। ਪਰ ਜੇ ਸਿਰ ਹੀ ਚਲਾ ਜਾਵੇ ਤੇ ਫਿਰ ਕੁਝ ਵੀ ਨਹੀਂ ਰਹਿ ਜਾਂਦਾ, ਸਿਰ ਦੇ ਨਾਲ ਸਭ ਕੁਝ ਹੀ ਸਮਰਪਿਤ ਹੋ ਜਾਂਦਾ ਹੈ। ਕਹਿੰਦੇ ਇਉਂ ਕਰਨਾ ਹੈ, ਫਿਰ ਕਰਨਾ ਕੀ ਹੈ? ਜਿਸ ਤਰ੍ਹਾਂ ਮਨ ਵੇਚੇ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਮਨ ਵੇਚਣ ਦੀ ਗੱਲ, ਹਮ ਵੇਚੋ ਸਿਰ ਸਤਿਗੁਰ ਕੇ, ਸਿਰ ਵੇਚਣ ਦੀ ਗੱਲ, ਵੇਚਣ ਦੀ ਗੱਲ ਕਿਉਂ ਆਈ ਹੈ? ਗਹਿਣੇ ਰੱਖਣ ਦੀ ਵੀ ਆ ਜਾਂਦੀ, ਪਰ ਕਿਸੇ ਵੀ ਜ਼ਮੀਨ ਜਾਇਦਾਦ ਨੂੰ, ਸੋਨੇ ਨੂੰ ਤੁਸੀਂ ਗਹਿਣਾ ਰੱਖੋ, ਗਿਰਵੀ ਰੱਖੋ ਕਿਸੇ ਕੋਲ, ਤੇ ਰੱਖਣ ਵਾਲੇ ਦਾ ਹੱਕ ਹਕੂਕ ਬਣਿਆ ਰਹਿੰਦਾ ਹੈ, ਬਣਿਆ ਰਹਿੰਦਾ ਹੈ। ਪਰ ਜੇ ਵੇਚ ਦਿੱਤੀ ਜਾਵੇ ਜ਼ਮੀਨ, ਗਹਿਣਾ ਵੇਚ ਦਿੱਤਾ ਜਾਵੇ, ਲਿਖ ਕੇ ਜ਼ਮੀਨ ਅਗਲੇ ਨੂੰ ਰਜਿਸਟਰੀ ਕਰ ਦਿੱਤੀ, ਹੁਣ ਵੇਚਣ ਵਾਲੇ ਦਾ ਕੋਈ ਹੱਕ ਨਹੀਂ ਰਹਿ ਗਿਆ, ਹੁਣ ਜਿਹਨੇ ਖਰੀਦੀ ਹੈ ਉਹਦੀ ਮਰਜ਼ੀ ਹੈ ਉਹ ਕਿਸ ਤਰ੍ਹਾਂ ਉਹਨੂੰ ਵੇਚਦਾ ਏ। ਕਹਿੰਦੇ ਜੇ ਗੁਰੂ ਕੇ ਸਿੱਖਾ ਤੂੰ ਆਪਣਾ ਸਿਰ ਗੁਰੂ ਨੂੰ ਵੇਚ ਦਿੱਤਾ ਨਾ, ਮੁੱਲ ਖਰੀਦੀ ਲਾਲਾ ਗੋਲਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਹੁਣ ਜਿੱਧਰ ਗੁਰੂ ਲਾਵੇਗਾ ਉੱਧਰ ਹੀ ਲੱਗਾਂਗਾ, ਹੋਰ ਪਾਸੇ ਨਹੀਂ ਜਾਵਾਂਗਾ। ਸਾਹਿਬਜ਼ਾਦੇ ਕਹਿੰਦੇ ਜਿੱਧਰ ਸਾਡੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਲਾਇਆ ਏ, ਅਸੀਂ ਉੱਧਰ ਹੀ ਲੱਗਾਂਗੇ। ਇਹ ਜੁਰਤ ਐਵੇਂ ਥੋੜ੍ਹਾ ਆ ਗਈ? ਇੱਕ ਛਿਨ ਜਰਾ ਬੇਨਤੀ ਕਰਦੇ ਹਾਂ, ਚਾਰ ਸਾਹਿਬਜ਼ਾਦਿਆਂ ਨੂੰ ਇਉਂ ਥੋੜ੍ਹਾ ਜਿਹਾ ਸਜਦਾ ਕਰ ਲਈਏ। ਚਾਰ ਸਾਹਿਬਜ਼ਾਦਿਆਂ ਦੇ ਨਾਮ ਕੇਵਲ ਨਾਮ ਨਹੀਂ ਹਨ, ਵੱਡੇ ਗੁਣ ਨੇ,
ਵੱਡੀ ਬਰਕਤ ਨੇ। ਜਿਸ ਤਰ੍ਹਾਂ ਵਾਹਿਗੁਰੂ ਜੀ ਦਾ ਹਰ ਇੱਕ ਨਾਮ ਗੁਣਵਾਚਕ ਹੈ, ਉਹਨੂੰ ਰਾਮ ਤਾਂ ਕਿਹਾ ਜਾਂਦਾ ਹੈ ਕਿਉਂਕਿ ਸ੍ਰਿਸ਼ਟੀ 'ਚ ਰਮਿਆ ਹੋਇਆ ਹੈ, ਉਹਨੂੰ ਰਹੀਮ ਤਾਂ ਕਿਹਾ ਜਾਂਦਾ ਹੈ ਕਿਉਂਕਿ ਸਾਰਿਆਂ ਉੱਤੇ ਰਹਿਮ ਕਰਦਾ ਹੈ, ਉਹਨੂੰ ਦਾਤਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਦਾਤਾਂ ਵੰਡਦਾ ਹੈ। ਬਿਲਕੁਲ ਇਉਂ ਹਰ ਇੱਕ ਨਾਮ ਗੁਣਵਾਚਕ ਹੈ ਅਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਵੀ ਗੁਣਵਾਚਕ ਨੇ। ਅਜੀਤ ਸਿੰਘ ਇਹ ਕੇਵਲ ਨਾਮ ਨਹੀਂ ਹੈ, ਜਿੱਦਣ ਪੰਗਾਣੀ ਦਾ ਯੁੱਧ ਜਿੱਤ ਕੇ ਸਤਿਗੁਰੂ ਆਏ ਸੀ ਉਦਨ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀ ਅਤੇ ਬਾਬਾ ਅਜੀਤ ਸਿੰਘ ਦਾ ਨਾਮ ਰੱਖਿਆ ਅਜੀਤ ਸਿੰਘ ਅਤੇ ਕਹਿ ਦਿੱਤਾ ਅਜੀਤ ਸਿੰਘ ਤੈਨੂੰ ਕਦੀ ਕੋਈ ਜਿੱਤ ਨਹੀਂ ਸਕੇਗਾ ਕਿਉਂਕਿ ਤੇਰੇ ਅੰਦਰ ਅਜਿੱਤ ਰਹਿਣ ਦਾ ਜਜ਼ਬਾ ਭਰਿਆ ਏ। ਇਹ ਕੇਵਲ ਨਾਮ ਨਹੀਂ ਹੈ, ਤੇਰੇ ਅੰਦਰ ਅਜਿੱਤ ਰਹਿਣ ਦਾ ਜਜ਼ਬਾ ਹੋਵੇ। ਹੁਣ ਅਜਿੱਤ ਰਹਿਣ ਦਾ ਜਜ਼ਬਾ ਕਿਹਦੇ ਕੋਲ ਹੋਵੇਗਾ? ਜੋ ਜੁਝਾਰੂ ਹੋਵੇਗਾ, ਜੋ ਜੂਝਣਾ ਜਾਣਦਾ ਹੋਵੇਗਾ, ਅਤੇ ਜੁਝਾਰ ਸਿੰਘ ਵੀ ਚਾਹੀਦਾ ਹੈ। ਜੂਝਣ ਦਾ ਜਜ਼ਬਾ ਜੋ ਜੁਝਾਰ ਸਿੰਘ ਵਿੱਚ ਹੈ ਕਿਤੇ ਨਜ਼ਰ ਨਹੀਂ ਆਉਂਦਾ। ਅਜਿੱਤ ਰਹਿਣ ਦਾ ਜਜ਼ਬਾ ਜੋ ਅਜੀਤ ਸਿੰਘ ਵਿੱਚ ਹੈ ਕਿਤੇ ਨਜ਼ਰ ਨਹੀਂ ਆਉਂਦਾ। ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੰਗ ਦੇ ਮੈਦਾਨ 'ਚ ਭੇਜਣ ਲੱਗਿਆਂ ਜਦ ਆਪ ਆਗਿਆ ਮੰਗੀ ਸੀ ਨਾ ਅਜੀਤ ਸਿੰਘ ਨੇ ਕਿ ਮੈਨੂੰ ਵੀ ਹੁਕਮ ਦਿਓ ਜੰਗ ਦੇ ਮੈਦਾਨ 'ਚ ਉਤਰਾਂ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਤੇਰਾ ਨਾਮ ਅਜੀਤ ਸਿੰਘ ਹੈ, ਤੇਰੀ ਛਾਤੀ ਉੱਤੇ ਜਿਤਨੇ ਮਰਜ਼ੀ ਵਾਰ ਹੋਣ ਪਰ ਤੇਰੀ ਪਿੱਠ ਉੱਤੇ ਇੱਕ ਵੀ ਵਾਰ ਨਹੀਂ ਹੋਣਾ ਚਾਹੀਦਾ। ਕਿਤੇ ਕੋਈ ਇਹ ਨਾ ਕਹਿ ਦੇਵੇ ਕਿ ਗੁਰੂ ਕਾ ਪੁੱਤਰ ਪਿੱਠ ਵਿਖਾ ਕੇ ਦੌੜ ਰਿਹਾ ਸੀ, ਅਤੇ ਅਜਿੱਤ ਰਹਿਣ ਦਾ ਜਜ਼ਬਾ ਹੈ ਨਾ। ਕਹਿੰਦੇ ਕਹਿ ਦਿੱਤਾ ਸੀ ਗੁਰੂ ਪਿਤਾ ਜੀ ਤੁਸੀਂ ਮੈਨੂੰ ਨਾਮ ਅਜੀਤ ਸਿੰਘ ਦਿੱਤਾ ਹੈ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਤੋ ਖੈਰ ਜੇ ਮੈਂ ਜਿੱਤ ਗਿਆ ਤਾਂ ਠੀਕ ਹੈ, ਹਾਰ ਕੇ ਜੀਤਾ ਨਾ ਆਊਂਗਾ, ਹਾਰ ਕੇ ਜਿੰਦਾ ਵਾਪਸ ਨਹੀਂ ਆਵਾਂਗਾ, ਸਨਮੁਖ ਸ਼ਹੀਦੀ ਪ੍ਰਾਪਤ ਕਰ ਲਾਂਗਾ ਅਤੇ ਸ਼ਹੀਦ ਹੋ ਕੇ ਜੰਗ ਦੇ ਮੈਦਾਨ ਨੂੰ ਜਿੱਤਾਂਗਾ। ਯਾਦ ਰੱਖਣਾ ਜੋ ਸਨਮੁਖ ਲੜ ਕੇ ਸ਼ਹੀਦ ਹੋ ਜਾਵੇ ਉਹਨੂੰ ਕਦੀ ਕੋਈ ਜਿੱਤ ਨਹੀਂ ਸਕਦਾ। ਇਹ ਅਜਿੱਤ ਰਹਿਣ ਦਾ ਜਜ਼ਬਾ ਹੈ ਅਤੇ ਉਹ ਕਰ ਵਿਖਾਇਆ ਸੀ। 14.5 ਸਾਲ ਦੀ ਉਮਰ ਜੁਝਾਰ ਸਿੰਘ ਦੀ, ਇਉਂ ਜੂਝੇ ਨੇ 10 ਲੱਖ ਫੌਜ ਸਾਹਮਣੇ ਹੋਵੇ ਤੇ ਹਾਹਾਕਾਰ ਮਚ ਗਈ ਮੁਗਲਾਂ ਦੇ ਵਿੱਚ। ਜੁਝਾਰ ਸਿੰਘ ਜੁਝਾਰੂ ਨੇ ਨਾ, ਤੇ ਜੂਝਣ ਦਾ ਜਜ਼ਬਾ ਕਿਹਦੇ ਕੋਲ ਹੋਵੇਗਾ? ਜੋ ਜ਼ੋਰਾਵਰ ਹੋਵੇਗਾ, ਜੋ ਬਲਵਾਨ ਹੋਵੇਗਾ ਉਹੀ ਤੇ ਜੂਝ ਸਕੇਗਾ, ਉਹੀ ਤੇ ਜਜ਼ਬਾ ਅਜਿੱਤ ਰਹਿਣ ਦਾ ਰੱਖ ਸਕੇਗਾ। ਤੇ ਜ਼ੋਰਾਵਰ ਵੀ ਚਾਹੀਦਾ ਹੈ। ਖਿਮਾ ਕਰਨਾ ਨਸ਼ਿਆਂ 'ਚ ਗਲਤਾਨ ਹੋ ਕੇ ਤੇ ਕੋਈ ਜਵਾਨ ਕਵੇ ਕਿ ਮੈਂ ਜੂਝ ਸਕਦਾ, ਕਿਸ ਤਰ੍ਹਾਂ ਹੋਵੇਗਾ? ਹਾਂ, ਅੰਮ੍ਰਿਤ ਛੱਕ ਕੇ ਤੇ ਕੋਈ ਜੂਝਣ ਵਾਲਾ ਬਣ ਸਕਦਾ ਹੈ, ਪਰ ਨਸ਼ਿਆਂ 'ਚ ਗਲਤਾਨ ਹੋ ਕੇ ਨਹੀਂ। ਬਲਵਾਨ ਉਹ ਹੋਵੇਗਾ ਜਿਹਦੇ ਵਿੱਚ ਉਹ ਜੂਝਣ ਦਾ ਜਜ਼ਬਾ ਵੀ ਹੈ, ਅਜਿੱਤ ਰਹਿਣ ਦਾ ਜਜ਼ਬਾ ਵੀ ਹੈ ਅਤੇ ਉਹ ਜ਼ੋਰਾਵਰ ਵੀ ਹੈ। ਜਿੱਥੇ ਇਹ 3 ਗੱਲਾਂ ਇਕੱਠੀਆਂ ਹੁੰਦੀਆਂ ਨੇ, 3 ਗੁਣ ਇਕੱਠੇ ਹੁੰਦੇ ਨੇ, ਉਦੋਂ ਫਿਰ ਫਤਿਹ ਨਿਸ਼ਚਿਤ ਹੋ ਜਾਂਦੀ ਹੈ, ਉਦੋਂ ਫਿਰ ਜਿੱਤ ਫਤਿਹ ਜ਼ਰੂਰ ਮਿਲਦੀ ਹੈ। ਅਤੇ ਫਿਰ ਫਤਿਹ ਸਿੰਘ ਵੀ ਚਾਹੀਦਾ ਹੈ, ਤਾਂ ਹੀ ਅੱਜ ਫਤਿਹਗੜ੍ਹ ਸਾਹਿਬ ਦੇ ਰੂਪ ਵਿੱਚ ਸਿੱਖ ਪੰਥ ਦੀ ਨਿਰਾਲੀ ਸ਼ਾਨ ਬਣ ਕੇ ਰਹਿੰਦੀ ਦੁਨੀਆ ਤੱਕ ਉਹ ਸਾਹਿਬਜ਼ਾਦੇ ਸਾਡੇ ਲਈ ਚਾਨਣ ਮੁਨਾਰੇ ਬਣੇ ਹੋਏ ਨੇ। ਕਿਹਾ ਨਾ ਇਸ ਜਾਨ ਕੀ ਤੋਂ ਕੋਈ ਬਾਤ ਨਹੀਂ, ਇਹ ਜਾਨ ਤੋਂ ਆਨੀ ਜਾਨੀ ਹੈ, ਉਸ ਮਕਤਲ ਮੇਂ ਕਿਸ ਤਜ ਸੇ ਗਿਆ ਕੋਈ, ਵੋ ਸ਼ਾਨ ਨਿਰਾਲੀ ਰਹਿਤੀ ਹੈ। ਉਹ ਸ਼ਾਨ ਬੜੀ ਨਿਰਾਲੀ ਹੈ ਸਾਹਿਬਜ਼ਾਦਿਆਂ ਦੀ, ਅਤੇ ਉਹ ਚਰਨ ਜਿਹੜੇ ਨੇ ਉਹਨਾਂ ਨੇ ਬੜੇ ਸੋਚ ਵਿਚਾਰ ਕੇ ਧਰੇ ਅਤੇ ਦੁਬਦਾ ਨੂੰ ਛੱਡ ਦਿੱਤਾ, ਨਿਰੰਕਾਰ ਨਾਲ ਜੁੜ ਕੇ ਆਪ ਵੀ ਇਉਂ ਕਹੋ ਉਸੇ ਦਾ ਰੂਪ ਹੋ ਗਏ ਨੇ। ਮੁਕਤ ਪਦਾਰਥ ਹਰ ਰਸ ਚਾਖੇ ਆਵਨ ਜਾਨ ਰਹੇ ਗੁਰ ਰਾਖੇ। ਮੁਕਤ ਪਦਾਰਥ ਹਰ ਰਸ ਚਾਖੇ, ਮੁਕਤੀ ਦਾ ਪਦਾਰਥ ਜਿਉਂਦਿਆਂ ਜੀ ਸਾਹਿਬਜ਼ਾਦਿਆਂ ਦੇ ਹਿੱਸੇ ਆ ਗਿਆ ਸੀ। ਮੁਕਤ ਪਦਾਰਥ ਕੌਣ ਚੱਖਦਾ ਹੈ? ਜੋ ਗੁਰਮੁਖ ਸਿੱਖ ਗੁਰੂ ਦਰਿਆ ਸਮੁੰਦਰ ਦੀ ਸੰਗਤ ਕਰਦੇ ਨੇ, ਰੋਜ਼ ਸ਼ਬਦ ਰੂਪੀ ਮੋਤੀ ਚੁਗਦੇ ਨੇ, ਉਹਨਾਂ ਨੂੰ ਮੁਕਤ ਦਾ ਅਰਥ ਪਤਾ ਲੱਗ ਜਾਂਦਾ ਹੈ। ਆਮ ਮੁਕਤ ਦਾ ਅਰਥ ਕੀ ਸਮਝਾਇਆ ਜਾਂਦਾ ਇਸ ਦੇਸ਼ ਦੇ ਵਿੱਚ? ਜਿਤਨਾ ਬ੍ਰਾਹਮਣਵਾਦ ਹੈ ਜਾਂ
इस देश की सोच यह समझाया जाता है कि भी तू इतना दान पुन करेगा तो मरण तो बाद तैनू मुक्ति मिल जाएगी। पर गुरमत मरण तो बाद की मुक्ति नहीं मनती, मरण तो बाद तो बंदा आप ही मुक्त हो जाता भी जींदिया जी बंधन ने ना। बंदा कहता मेरे पुत्र का विह कौन करवाएगा, मेरी बेटी का विह बच्ची का कौन करवाएगा, मेरे घर परिवार को कौन संभालेगा, हर जगह बंधन। जींदिया जी बंधन ने, मरगिया तो आप ही मुक्त हो जाता बंदा। मरण तो बाद किनू पता पुत्र कित्थे ते बेटी कित्थे ते परिवार कित्थे नहीं। मरण तो बाद मुवे हुए जो मुक्त देहोगे मुक्त न जाना कोयला। बाबा नामदेव जी कहंदे मर गए तो पिछों मुक्ति दियोगे मालक वाहिगुरु, किनू पता है जींदियां जी मुक्त हो जाइए। जींदियां जी मुक्त कौन है? गुरु गोबिंद सिंह साहब चार साहबजादे। जब चमकौर का साका वापरिया सिंघा ने बेनती की सतगुरु जी तुसी चमकौर गढ़ी नू छड़ के निकल जाओ, क्योंकि जे तुसी हो असी शहीदियां प्राप्त कर भी गए तो तुसी साढ़े वर्गे कई सिंह सजा लोगे, पर जे अज तुसी भाणा वरता गए ना तो असी लखां होके भी कुछ नहीं सवार सकांगे। गुरु गोबिंद सिंह साहब सतगुरु जी ने कहा यह हो नहीं सकता कि मैं तुहानू छड़ के चला जावां। ते पंजां प्यारियां ने हुक्म कर दिता, क्योंकि गुरु ने अमृत की दात ली सी, उन्हां नू अधिकार दिता सी, हुक्म किया तुसीं चमकौर गढ़ी नू छड़ के चले जाओ। सतगुरु जी ने कहा तुहाडा गुरु लुक के नहीं जाएगा, दुश्मन नू ललकार के जाएगा। भाई धर्म सिंह मान सिंह ते दया सिंह तुसीं नाल तुरोगे। दास जो अर्ज करनी चाह रहा मुक्त कौन है? साहब गुरु गोबिंद सिंह साहब जी जद निकले ने चमकौर गढ़ी तो सामने जंग का मैदान है, लोथां ते लोथां चढ़िया ने, चाननी रात अचानक सतगुरु जो तुरे ने ते कपड़े विच चरण सतगुरु जी दे अड़े ने। की वेखदे ने कि बाबा अजीत सिंह जी का पवित्र शरीर जो है वह शहीद होए पए ने। निर्मोह सतगुरु पुत्र नू वेखे आए, असीस देख के अगे वध गए ने, कोई बंधन नहीं है। अगे छोटे साहबजादे बाबा जुझार सिंह जी का शरीर टोटे टोटे होया पिया है। निर्मोह सतगुरु वेख के अगे वधन लगे ने। कदी कदी सोचदा सत संगत जी मर गए जवान पुत्रां दी जे तस्वीर भी मां बाप दे सामने आ जावे ना ते उन्हां दियां भुब्बां निकल जांदियां ने। ते जवान पुत्रां दी भावें शराबी कबाबी कुकर्मी पुत्र होण ते उन्हां दी लाशां पईयां होण ना, लोथां पईयां होण ते मां बाप टक्करां मार के दीवारां नाल सिर तोड़ लैंदे ने, पर इह वी ते पिता है जिस दे पुत्र भी बाबा अजीत सिंह ते जुझार सिंह वर्गे ने, पर मुकत ने ना, बंधन नहीं ते रोण बैठ जांदे। कहंदे जो सतगुरु जी तुरे ने अचानक पिछों कपड़ा चंडन की आवाज आई है। सतगुरु ने पिछे मुड़ के वेख्या, की वेखते ने कि भाई दया सिंह ने अपने कमर कसे का कपड़ा खोलिया है, उन्हों छंडिया है ते बाबा अजीत सिंह उत्ते पाउन लगे ने। गुरु गोबिंद सिंह साहब सतगुरु जी ने कहा कि दया सिंह रुक जाओ, की करन लगे हो? सामने तो दया सिंह ने पूछा मेरे सतगुरु तुसी दसो तुहाडे तीरां नू सोना क्यों लगा हुंदा है? मेरे साहब कहंदे कि मेरे तीरां नू सोना इस करके लग्या हुंदा है कि वह तीर किसी दुश्मन नू भी जाके लगे ना, ते उहदे कोल जे कफन दा संस्कार करन दा इंतजाम ना होवे ते इस सोने नाल उहदा कफन खरीदिया जा सके। दया सिंह ने कहा मेरे सतगुरु तू ते दुश्मना लई भी संस्कार ते कफन दा इंतजाम करदा है, अज तेरे पुत्र शहीद होए पए ने, कोई होर वेला हुंदा सिंघा ने चंदन दी चिखा तैयार करनी सी, रेशम दे वस्त्र आउणे सन, पर अज ओ वेला नहीं, मैं सोचा ये कमर कसे दा कपड़ा है यही तेरे पुत्र दे शरीर उत्ते पा दिया। ते गुरु गोबिंद सिंह साहब जी ने कहा दया सिंह इत्थे केवल अजीत सिंह ते जुझार सिंह नहीं, इत्थे मेरे कई जिगर दे टोटे सिंह शहीद होए पए ने। जे तेरे कोल इतना कपड़ा है कि तू प्यारे भाई हिम्मत सिंह साहिब सिंह मोहकम सिंह उत्ते पा सकदा है, होर सिंघां उत्ते पा सकदा है, ते ये कपड़ा मेरे पुत्रां उत्ते भी पा दई, नहीं तां यह कपड़ा अजीत सिंह जुझार सिंह उत्ते भी ना पा, किते कोई ये ना कह दवे कि गुरु गोबिंद सिंह
ਆਪਣੇ ਸਿੰਘਾਂ ਤੋਂ ਵੱਧ ਕੇ ਪੁੱਤਰ ਨੂੰ ਪਿਆਰ ਕਰਦੇ ਸੀ। ਸਤਸੰਗਤ ਜੀ, ਇਹੋ ਜਿਹਾ ਗੁਰੂ ਕਿੱਥੇ ਮਿਲੇਗਾ? ਲੰਮਾ ਸਮਾਂ ਬੀਤਣ ਤੋਂ ਬਾਅਦ, ਕਿਉਂਕਿ ਉਦੋਂ ਕਿਹੜੇ ਟੈਲੀਫੋਨ ਹੁੰਦੇ ਸੀ, ਉਦੋਂ ਕਿਹੜਾ ਮੀਡੀਆ ਹੁੰਦਾ ਸੀ ਕਿ ਛੇਤੀ ਪਤਾ ਲੱਗ ਜਾਵੇ। ਜਦ ਮਾਤਾ ਸੁੰਦਰ ਕੌਰ ਸਾਹਿਬ ਕੌਰ ਦੀ ਮੁਲਾਕਾਤ ਦਮਦਮਾ ਸਾਹਿਬ ਹੋਈ ਤੇ ਪੁੱਛ ਲਿਆ ਸੀ ਮਾਵਾਂ ਨੇ, ਸਤਿਗੁਰੂ ਜੀ ਲਾਲ ਨਜ਼ਰ ਨਹੀਂ ਆਉਂਦੇ, ਸਾਹਿਬਜ਼ਾਦੇ ਕਿੱਥੇ ਨੇ? ਸਤਿਗੁਰੂ ਜੀ ਕਹਿੰਦੇ ਵਾਰ ਦਿੱਤੇ ਨੇ। ਹੈਂ, ਵਾਰ ਦਿੱਤੇ ਨੇ? ਵਾਰਨਾ ਤਾਂ ਸਤਿਗੁਰੂ ਜੀ ਇਉਂ ਜਾਣੀਏ, ਕੋਈ 100 ਤੋਂ ਰੁਪਈਆ ਵਾਰ ਦੇਵੇ, ਕੋਈ ਲੱਖ ਤੋਂ 1000 ਵਾਰ ਦੇਵੇ, ਕੋਈ ਕਰੋੜ ਤੋਂ ਲੱਖ ਵਾਰ ਦੇਵੇ। ਹਮੇਸ਼ਾ ਕੀਮਤੀ ਵਸਤੂ ਤੋਂ ਛੋਟੀ ਵਸਤੂ ਵਾਰੀ ਜਾਂਦੀ ਹੈ, ਪਰ ਇੱਥੇ ਤੇ ਵੇਖਿਆ ਲੋਕ ਆਪਣੇ ਪੁੱਤਰਾਂ ਤੋਂ ਕਰੋੜਾਂ ਵਾਰ ਦਿੰਦੇ ਨੇ। ਇਹੋ ਜਿਹੀ ਕਿਹੜੀ ਕੀਮਤੀ ਵਸਤੂ ਸੀ ਜਿਸ ਤੋਂ ਤੁਸੀਂ ਆਪਣੇ ਪੁੱਤਰ ਹੀ ਵਾਰ ਦਿੱਤੇ ਨੇ? ਉਦੋਂ ਹੀ ਕਿਹਾ ਸੀ ਨਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਵੀ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਿਤਨਾ ਮਾਣ ਕੀਤਾ ਸੀ ਸਤਸੰਗਤ ਜੀ। ਚਾਰ ਸਾਹਿਬਜ਼ਾਦਿਆਂ ਨੂੰ ਜੇ ਅਸਲ ਸਿਜਦਾ ਕਰਨਾ ਚਾਹੁੰਦੇ ਹੋ, ਸ਼ਰਧਾ ਦੇ ਫੁੱਲ ਭੇਟਾ ਕਰਨਾ ਚਾਹੁੰਦੇ ਹੋ, ਤੇ ਵਾਪਸ ਸਿੱਖੀ ਸਰੂਪ ਚ ਆਓ ਜਿਨ੍ਹਾਂ ਨੇ ਸਿੱਖੀ ਸਰੂਪ ਤਿਆਗ ਦਿੱਤਾ ਏ, ਦਸਤਾਰਾਂ ਸਜਾਓ, ਇਹ ਉਹਨਾਂ ਨੂੰ ਅਸਲ ਮਾਣ ਦੇਣਾ ਹੋਵੇਗਾ। ਜਿਨ੍ਹਾਂ ਨੇ ਪਰਵਾਹ ਨਹੀਂ ਕੀਤੀ, ਜੋ ਆਸ਼ਿਕ ਹੋਤੇ ਹੈ ਮੌਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੋਨਾ ਸਮਝ ਕਰ ਸਰੀਰ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਹੂਰੋ ਕੀ ਹਸਰਤ ਹੈ, ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ ਹੈ, ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ। ਉਹ ਤੇ ਉੱਥੇ ਖੜੇ ਹੋ ਜਾਂਦੇ ਨੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਕਿਉਂਕਿ ਉਹਨਾਂ ਨੂੰ ਗੁਰੂ ਦੇ ਚਰਨਾਂ ਨਾਲ ਪ੍ਰੀਤ, ਵਾਹਿਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਹੋ ਜਾਂਦੀ ਹੈ, ਉਹ ਅਸਲ ਮੁਕਤ ਪਦਾਰਥ ਪ੍ਰਾਪਤ ਕਰ ਲੈਂਦੇ ਨੇ। ਮੁਕਤ ਪਦਾਰਥ ਹਰ ਰਸ ਚਾਕੇ ਆਵਣ ਜਾਣ ਰਹੇ, ਆਵਾਗਮਨ ਦੇ ਚੱਕਰ ਤੋਂ ਰਹਿ ਜਾਂਦੇ ਨੇ, ਬਚ ਜਾਂਦੇ ਨੇ। ਤੇ ਰੱਖਦਾ ਕੌਣ ਹੈ? ਗੁਰ ਰਾਖੇ, ਗੁਰੂ ਕਿਰਪਾ ਕਰਕੇ ਉਹਨਾਂ ਨੂੰ ਰੱਖ ਲੈਂਦਾ ਏ, ਵਾਹਿਗੁਰੂ ਜੀ ਦੇ ਚਰਨਾਂ ਤੱਕ ਪਹੁੰਚਾ ਦਿੰਦਾ ਏ। ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਕਹਿੰਦੇ ਜਿਸ ਤਰ੍ਹਾਂ ਮਾਨ ਸਰੋਵਰ ਨੂੰ ਹੰਸ ਛੱਡ ਕੇ ਦੂਰ ਨਹੀਂ ਜਾਂਦਾ, ਅਖੀਰ ਉਹਨੂੰ ਉੱਥੇ ਬੈਠਣਾ, ਉੱਥੇ ਆਉਣਾ ਹੈ, ਬਿਲਕੁਲ ਇਉਂ ਗੁਰਮੁਖ ਸਿੱਖ ਜਿਹੜੇ ਹੰਸ ਨੇ, ਪਰਮ ਹੰਸ ਨੇ, ਕਹਿੰਦੇ ਉਹ ਵੀ ਨਾ ਗੁਰੂ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ, ਪ੍ਰੇਮ ਦੇ ਚ ਭਿੱਜ ਕੇ, ਤੇ ਕਹਿੰਦੇ ਉਹ ਸਹਿਜ ਹੀ ਆਪਣੇ ਗੁਰੂ ਦੇ ਚ ਸਮਾਏ ਰਹਿੰਦੇ ਨੇ, ਗੁਰੂ ਨਾਲ ਜੁੜੇ ਰਹਿੰਦੇ ਨੇ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੈ ਚਰਨ ਧੋਏ ਧੋਏ ਪੀਵਾਂ, ਇਹ ਉਹਨਾਂ ਦੀ ਅਵਸਥਾ ਹੁੰਦੀ ਹੈ। ਸਰਵਰ ਮਹਿ ਹੰਸ, ਹੰਸ ਮਹਿ ਸਾਗਰ, ਅਕਥ ਕਥਾ ਗੁਰ ਬਚਨੀ ਆਦਰ। ਆਹਾ, ਕਿਆ ਕਮਾਲ ਦੇ ਬਚਨ ਨੇ! ਸਰਵਰ ਮੈਂ ਹੰਸ, ਕਹਿੰਦੇ ਸਰੋਵਰ ਦੇ ਚ ਹੰਸ ਟਿਕ ਗਿਆ, ਹੰਸ ਮੈਂ ਸਾਗਰ, ਤੇ ਹੰਸ ਦੇ ਵਿੱਚ ਸਾਗਰ ਆ ਗਿਆ। ਉਸ ਹੰਸ ਦੇ ਵਿੱਚ ਤੇ ਨਹੀਂ ਆਉਂਦਾ ਨਾ, ਪਰ ਗੁਰਮੁਖ ਹੰਸ ਦੇ ਵਿੱਚ ਸਾਗਰ ਸਮਾ ਜਾਂਦਾ ਹੈ। ਕਿਸ ਤਰ੍ਹਾਂ ਸਮਾ ਜਾਂਦਾ ਹੈ? ਭਾਈ ਲਹਿਣਾ ਆਏ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ, ਤੇ ਗੁਰੂ ਦਰਿਆ ਨੂੰ, ਗੁਰੂ ਸਮੁੰਦਰ ਨੂੰ ਵੇਖ ਕੇ ਹੋਰ ਕਿਤੇ ਜਾਣ ਦਾ ਮਨ ਨਹੀਂ ਕੀਤਾ। ਦੇਵੀ ਦੇਵਤੇ ਬਾਹਰ ਦੇ ਸਾਰੇ ਅੰਧ ਵਿਸ਼ਵਾਸ ਛੱਡ ਕੇ ਗੁਰੂ ਵਿੱਚ ਟਿਕ ਗਏ, ਗੁਰੂ ਕੋਲ ਟਿਕੇ, ਤੇ ਇੱਕ ਸਮਾਂ ਆਇਆ ਕਿ ਉਹਨਾਂ ਦੇ ਵਿੱਚ ਗੁਰੂ ਟਿਕ ਗਿਆ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਹੰਸ ਦੇ ਚ ਸਾਗਰ ਆ ਗਿਆ। ਉਹ ਗੁਰਮੁਖ ਸਿੱਖ ਦੇ ਵਿੱਚ ਗੁਰੂ ਸਮੁੰਦਰ ਆਪ ਟਿਕ ਗਿਆ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਇਹ ਬਰਕਤ ਤੇ ਗੁਰੂ ਦਰਬਾਰ ਦੀ ਹੈ। ਗੁਰੂ ਹੀ ਕਹਿੰਦਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਕਹਿੰਦੇ ਇਹ ਜਿਹੜੀ ਕਥਾ ਹੈ ਬੜੀ ਨਿਰਾਲੀ ਹੈ, ਅਕਤ ਕਥਾ ਗੁਰ ਬਚਨੀ ਆਦਰ, ਇਹ ਕਥਾ ਬੜੀ ਨਿਰਾਲੀ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਪਰ ਕਹਿੰਦੇ
ਗੁਰੂ ਦੇ ਬਚਨਾਂ ਨੂੰ ਜਿਹੜਾ ਗੁਰਮੁਖ ਸਿੱਖ ਹੰਸ ਕਮਾਉਂਦਾ ਏ ਉਹਨੂੰ ਇਹ ਆਦਰ ਵੀ ਮਿਲ ਜਾਂਦਾ ਹੈ, ਉਹਨੂੰ ਇਹ ਮਾਣ ਮਿਲ ਜਾਂਦਾ ਹੈ ਕਿ ਗੁਰੂ ਉਹਨੂੰ ਆਪਣਾ ਹੀ ਰੂਪ ਬਣਾ ਲੈਂਦਾ ਹੈ। ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹ ਕੋ ਕੈਸੇ। ਸੁਨ ਮੰਡਲ, ਸੁਨ ਦਾ ਅਰਥ ਸੁਨ ਅਵਸਥਾ, ਅਫੁਰ ਅਵਸਥਾ, ਜਿੱਥੇ ਕੋਈ ਫੁਰਨਾ ਹੈ ਹੀ ਨਹੀਂ। ਸਾਡੀ ਜ਼ਿੰਦਗੀ ਤਾਂ ਇਹ ਹੀ, ਹਰ ਵੇਲੇ ਕੋਈ ਨਾ ਕੋਈ ਫੁਰਨਾ ਅੰਦਰ ਚੱਲਦਾ ਰਹਿੰਦਾ, ਹਰ ਵੇਲੇ ਕੋਈ ਨਾ ਕੋਈ ਮੰਗ। ਪਰ ਉਹ ਅਵਸਥਾ ਜਿੱਥੇ ਸਾਰੀ ਮੰਗਾਂ ਮੁੱਕ ਜਾਣ, ਜਿੱਥੇ ਸਾਰੇ ਫੁਰਨੇ ਖਤਮ ਹੋ ਜਾਣ, ਸੁਨ ਮੰਡਲ ਉਸ ਅਵਸਥਾ ਦੇ ਵਿੱਚ ਇੱਕ ਜੋਗੀ ਵੈਸੇ, ਜੋਗੀ ਕਿਹਾ ਜਾਂਦਾ ਹੈ ਜੋ ਮਿਲਾਪ ਦੀ ਅਵਸਥਾ ਨੂੰ ਪ੍ਰਾਪਤ ਕਰ ਚੁੱਕਿਆ ਹੈ। ਜੋਗ ਦਾ ਅਰਥ ਹੁੰਦਾ ਮਿਲਾਪ, ਤੇ ਜੋਗੀ ਉਹਨੂੰ, ਉਹ ਨਹੀਂ ਜੋਗੀ ਜੋਗੀ ਗਿਆਨ ਵਿਹੂਣੀਆਂ ਨਿਸਦਿਨ ਅੰਗ ਲਗਾਇਨ ਛਾਰਾ, ਜੋਗੀ ਕੋਈ ਵੀ ਆਪਣੇ ਆਪ ਨੂੰ ਕਹਿ ਲਵੇ ਨਹੀਂ, ਜੋਗੀ ਦਾ ਅਰਥ ਹੈ ਜੋ ਪਰਮਾਤਮਾ ਨਾਲ ਮਿਲ ਚੁੱਕਿਆ ਹੈ, ਉਹਦਾ ਰੂਪ ਹੋ ਚੁੱਕਿਆ ਹੈ। ਕਹਿੰਦੇ ਉੱਥੇ ਜੋ ਪਹੁੰਚ ਜਾਂਦਾ ਹੈ ਨਾ, ਮਾਲਕ ਵਾਹਿਗੁਰੂ ਜੀ ਦੀ ਬਰਕਤ ਉਹਨੂੰ ਪਤਾ ਲੱਗਦੀ ਹੈ। ਨਾਰ ਨਾ ਪੁਰਖ ਕਹੋ ਕੂ ਕੈਸੇ, ਵਾਹਿਗੁਰੂ ਨਾ ਨਰ ਹੈ ਨਾ ਨਾਰੀ ਹੈ, ਉਹਨੂੰ ਬਿਆਨ ਕਿਸ ਤਰ੍ਹਾਂ ਕਰੋਗੇ, ਉਹਨੂੰ ਦੱਸੋਗੇ ਕਿਸ ਤਰ੍ਹਾਂ। ਕਹਿੰਦੇ ਉਹਦੀ ਅਕਤ ਕਥਾ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਉੱਥੇ ਜਿਹੜਾ ਪਹੁੰਚ ਵੀ ਜਾਂਦਾ ਹੈ ਨਾ, ਉਹ ਵੀ ਨਹੀਂ ਦੱਸ ਪਾਉਂਦਾ। ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੋ ਤੇ ਕਿਆ ਕਹੀਐ। ਕਹਿੰਦੇ ਉਸ ਅਵਸਥਾ ਨੂੰ ਬਿਆਨ ਕਰਨਾ ਔਖਾ ਹੈ। ਤਿਰ ਭਵਨ ਜੋਤ ਰਹੇ ਲਿਵ ਲਾਈ, ਸੁਰ ਨਰ ਨਾਥ ਸੱਚੇ ਸਰਨਾਈ। ਤਿਰ ਭਵਨ ਜੋਤ, ਤਿੰਨਾਂ ਲੋਕਾਂ ਦੇ ਵਿੱਚ ਮਾਲਕ ਵਾਹਿਗੁਰੂ ਵਰਤਿਆ ਹੋਇਆ ਏ, ਤੇ ਉਹਦੇ ਨਾਲ ਸੁਰਤ ਜੋੜ ਕੇ ਬੈਠਣਾ, ਤੇ ਇਹਨਾਂ ਤਿੰਨਾਂ ਭਵਨਾਂ ਤੋਂ ਉੱਪਰ ਉੱਠ ਜਾਣਾ। ਕਹਿੰਦੇ ਸੁਰ ਦੇਵਤੇ, ਨਰ ਮਨੁੱਖ, ਸੁਰ ਨਰ ਨਾਥ, ਮਨੁੱਖਾਂ ਦਾ ਵੀ ਉਹ ਮਾਲਕ ਹੈ ਤੇ ਦੇਵਤਾਵਾਂ ਦਾ ਵੀ ਉਹ ਮਾਲਕ ਹੈ। ਉਸ ਸੱਚੀ ਸ਼ਰਨ ਨੂੰ ਜੋ ਪ੍ਰਾਪਤ ਕਰ ਲੈਂਦਾ ਹੈ, ਅਸਲ ਵਿੱਚ ਉਹ ਉਸ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ, ਉਸ ਸਹਿਜ ਦੀ ਪ੍ਰਾਪਤੀ ਕਰ ਲੈਂਦਾ ਹੈ। ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਆਨੰਦ ਮੂਲ ਅਨਾਥ ਆਧਾਰੀ, ਆਨੰਦ ਦਾ ਮੁੱਢ ਉਹ ਮਾਲਕ ਵਾਹਿਗੁਰੂ, ਅਨਾਥਾਂ ਨੂੰ ਆਸਰਾ ਦੇਣ ਵਾਲਾ ਜੋ ਹੈ। ਕਹਿੰਦੇ ਗੁਰਮੁਖ ਭਗਤ ਸਹਿਜ ਵਿਚਾਰੀ, ਗੁਰਮੁਖ ਜਿਹੜੇ ਨੇ ਨਾ, ਭਗਤੀ ਕਰਕੇ ਸਹਿਜ ਹੀ ਉਸ ਮਾਲਕ ਵਾਹਿਗੁਰੂ ਜੀ ਦੀ ਵਿਚਾਰ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹਨੂੰ ਸਮਝ ਲੈਂਦੇ ਨੇ, ਤੇ ਉੱਥੇ ਪਹੁੰਚ ਕੇ ਫਿਰ ਉਹ ਬਰਕਤ ਵਰਤਦੀ ਹੈ। ਐਸਾ ਆਨੰਦ ਪ੍ਰਾਪਤ ਹੁੰਦਾ ਜੋ ਕਦੀ ਟੁੱਟਦਾ ਭੱਜਦਾ ਨਹੀਂ ਹੈ। ਤੁਸੀਂ ਵੇਖੋ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ, ਥੋੜ੍ਹਾ ਜਿਹਾ ਸਮਝ ਲਓ ਆਨੰਦ ਕੀ ਹੈ। ਆਨੰਦ ਹੈ ਅੰਦਰ ਦਾ ਸੁੱਖ। ਬਾਹਰ ਦੇ ਸੁੱਖ ਦੁਨੀਆਂ ਦੀ ਦੁਕਾਨਾਂ ਤੋਂ ਖਰੀਦੇ ਜਾ ਸਕਦੇ ਨੇ, ਪਰ ਅੰਦਰ ਦਾ ਸੁੱਖ ਦੁਨੀਆਂ ਦੀ ਦੁਕਾਨਾਂ ਤੋਂ ਨਹੀਂ ਮਿਲਦਾ। ਤੇ ਇਹ ਬਾਹਰ ਦੇ ਸੁੱਖ ਨਿੱਤ ਬਦਲਦੇ ਨੇ। ਜੋ ਏਸੀ ਏਅਰ ਕੰਡੀਸ਼ਨ 2 ਮਹੀਨੇ ਪਹਿਲਾਂ ਸੁੱਖ ਦੇ ਰਿਹਾ ਸੀ, ਅੱਜ ਚਲਾਓਗੇ ਤੇ ਦੁੱਖ ਦੇਗਾ, ਠੰਡ ਪੈ ਰਹੀ ਹੈ, ਮੌਸਮ ਬਦਲ ਗਿਆ, ਸੁੱਖ ਬਦਲ ਗਿਆ, ਜਗ੍ਹਾ ਬਦਲੇ ਸੁੱਖ ਬਦਲ ਜਾਂਦਾ। ਅਰਬ ਦੇਸ਼ਾਂ ਦੇ ਵਿੱਚ ਜੋ ਏਸੀ ਸੁੱਖ ਦੇ ਰਿਹਾ, ਯੂਰੋਪ ਚਲੇ ਜਾਓ ਉੱਥੇ ਪਹਿਲਾਂ ਹੀ ਠੰਡ ਪੈ ਰਹੀ, ਦੁੱਖ ਦੇਗਾ, ਉੱਥੇ ਗਰਮ ਕੱਪੜੇ ਹੀਟਰ ਸੁੱਖ ਦੇ ਰਹੇ ਨੇ, ਅਰਬ ਦੇਸ਼ਾਂ ਦੇ ਚਾਓ ਦੁੱਖ ਦੇਣਗੇ। ਜਗ੍ਹਾ ਬਦਲੀ ਸੁੱਖ ਬਦਲ ਗਿਆ, ਸੁਭਾਅ ਬਦਲੇ ਸੁੱਖ ਬਦਲ ਜਾਂਦਾ। 3600 ਪਦਾਰਥ ਸਾਹਮਣੇ ਪਏ ਹੋਣ, ਬੰਦੇ ਨੂੰ ਕ੍ਰੋਧ ਚੜੇ ਜਾਂ ਤਾਪ ਚੜ ਜਾਵੇ, ਸਭ ਕੁਝ ਫਿੱਕਾ ਹੋ ਜਾਂਦਾ। ਪਰ ਕਹਿੰਦੇ ਅੰਦਰ ਦਾ ਸੁੱਖ ਇੱਕ ਵਾਰੀ ਮਿਲ ਜਾਵੇ ਨਾ, ਉਹ ਕਦੀ ਨਹੀਂ ਬਦਲਦਾ। ਉਹ ਆਨੰਦ ਅੰਦਰ ਦਾ ਸੁੱਖ ਗੁਰੂ ਕੋਲ ਹੁੰਦਾ ਹੈ। ਜੇ ਆਨੰਦਪੁਰ ਸਾਹਿਬ ਵਸਦਾ ਰਸਦਾ ਹੈ ਤਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦ ਵਿੱਚ ਨੇ, ਤੇ ਜੇ ਅੱਜ ਆਨੰਦਪੁਰ ਸਾਹਿਬ ਚਲਾ ਗਿਆ, ਪਰਿਵਾਰ ਵਿਛੋੜਾ ਹੋ ਗਿਆ,
ਪਰਿਵਾਰ ਦਾ ਪਤਾ ਨਹੀਂ, ਚਾਰ ਲਾਲਾਂ ਦਾ, ਬੁੱਢੜੀ ਮਾਂ ਦਾ, ਗੁਰੂ ਕੇ ਮਹਿਲਾਂ ਦਾ, ਇੱਥੇ ਤੱਕ ਜਿਹੜੇ ਤਿੰਨ ਸਿੰਘ ਨਾਲ ਤੁਰੇ ਸਨ ਉਹ ਵੀ ਕਿਤੇ ਥੋੜ੍ਹੀ ਦੇਰ ਲਈ ਵਿਛੜ ਗਏ ਨੇ। ਮਾਛੀਵਾੜੇ ਦੇ ਜੰਗਲ ਪੈਰਾਂ 'ਚ ਜੋੜਾ ਨਹੀਂ, ਜਾਮਾ ਲੀਰੋ ਲੀਰ ਹੈ, ਸਿਰ ਉੱਤੇ ਕੇਸਗੀ ਹੈ, ਕੇਵਲ ਦਸਤਾਰ ਵੀ ਕਿਤੇ ਅਤੇ ਕਲਗੀ ਭਾਈ ਸੰਗਤ ਸਿੰਘ ਨੂੰ ਦੇ ਆਏ ਸਨ ਅਤੇ ਉੱਥੇ ਭੁੰਜੇ ਹੀ ਢੀਮ ਦਾ ਸਿਰਹਾਣਾ ਬਣਾ ਕੇ ਲੇਟ ਗਏ ਨੇ। ਅਤੇ ਮੇਰੇ ਸਤਿਗੁਰੂ ਉਦੋਂ ਵੀ ਆਨੰਦ ਵਿੱਚ ਨੇ, ਉਦੋਂ ਵੀ ਕੋਈ ਸ਼ਿਕਾਇਤ ਨਹੀਂ ਹੈ, ਉਦੋਂ ਵੀ ਕੋਈ ਸ਼ਿਕਵਾ ਨਹੀਂ ਹੈ। ਇਹ ਉਹ ਆਨੰਦ ਹੈ, ਅੰਦਰ ਦਾ ਸੁੱਖ ਹੈ ਜੋ ਕਦੀ ਵੀ ਟੁੱਟਦਾ ਭੱਜਦਾ ਨਹੀਂ। ਇਹ ਤੇ ਤੱਤੀਆਂ ਤਵੀਆਂ ਉੱਤੇ ਬੈਠ ਕੇ ਵੀ ਨਹੀਂ ਬਦਲਦਾ, ਗਰਮ ਰੇਤ ਦੇ ਕੜਛੇ ਪਵਾ ਕੇ ਉਬਲਦੇ ਪਾਣੀ 'ਚ ਉਬਲ ਕੇ ਵੀ ਕੋਈ ਕਹਿ ਸਕਦਾ ਜਹ ਮਹਾ ਭਯਾਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। ਉਹ ਹੈ ਆਨੰਦ ਜੋ ਸਹਿਜ ਹੀ ਗੁਰਮੁਖ ਸਿੱਖ ਭਗਤੀ ਨਾਲ ਪ੍ਰਾਪਤ ਕਰ ਲੈਂਦੇ ਨੇ। ਭਗਤ ਵਛਲ ਪੈ ਕਾਟਨ ਹਾਰੇ ਹਉ ਮੈਂ ਮਾਰ ਮਿਲੇ ਪਗ ਧਾਰੇ। ਭਗਤ ਵਛਲ, ਭਗਤਾਂ ਨੂੰ ਪਿਆਰ ਕਰਨ ਵਾਲਾ ਮਾਲਕ ਵਾਹਿਗੁਰੂ ਜੋ ਹੈ ਨਾ, ਉਹ ਪਹਿ ਕੱਟ ਦਿੰਦਾ ਹੈ, ਉਹ ਡਰ ਮੁਕਾ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਭਗਤ ਵਛਲ ਸੁਨ ਹੋ ਤੂੰ ਨਿਰਾਸ ਹਿਰਦੈ, ਪਤਿਤ ਪਾਵਨ ਸੁਨ ਆਸਾ ਉਰਧਾਰ ਹੂੰ। ਮੇਰੇ ਮਾਲਕ ਵਾਹਿਗੁਰੂ ਜਦ ਮੈਂ ਇਹ ਸੁਣਦਾ ਨਾ, ਤੂੰ ਭਗਤਾਂ ਨੂੰ ਪਿਆਰ ਕਰਨ ਵਾਲਾ ਤੇ ਨਿਰਾਸ਼ ਹੋ ਜਾਂਦਾ, ਮੈਂ ਤੇ ਕੋਈ ਭਗਤੀ ਕੀਤੀ ਨਹੀਂ। ਪਰ ਉਦੋਂ ਆਸ ਬੱਜ ਜਾਂਦੀ ਹੈ ਜਦ ਤੂੰ ਪਾਪੀਆਂ ਨੂੰ ਵੀ ਪਿਆਰ ਕਰਨ ਵਾਲਾ ਪਤਿਤ ਪਾਵਨ ਹੈ ਇਹ ਸੁਣਦਾ ਹਾਂ। ਤੇ ਕਹਿੰਦੇ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ, ਦੀਨ ਕੋ ਦਿਆਲ ਸੁਨ ਪਹਿ ਪਰਮਟਾਰ ਹੂੰ। ਜਦ ਮੈਂ ਇਹ ਸੁਣਦਾ ਕਿ ਤੂੰ ਅੰਦਰ ਤੱਕ ਵੇਖ ਸਕਦਾ ਹੈ ਤੇ ਮੈਂ ਕੰਬ ਜਾਂਦਾ ਅੰਦਰੋਂ, ਤੇ ਮੈਂ ਬਹੁਤ ਮਾੜਾ, ਬਹੁਤ ਬੁਰਾ ਹਾਂ। ਪਰ ਜਦ ਇਹ ਸੁਣਦਾ ਹਾਂ ਕਿ ਤੂੰ ਪਾਪੀਆਂ ਨੂੰ ਵੀ ਬਖਸ਼ ਲੈਂਦਾ ਹੈ, ਦੀਨਾਂ ਉੱਤੇ ਦਇਆ ਕਰਨ ਵਾਲਾ, ਦੀਨ ਕੋ ਦਿਆਲ ਸੁਨ ਪਹਿ ਪਰਮਟਾਰ ਹੂੰ, ਉਦੋਂ ਮੇਰੇ ਸਾਰੇ ਡਰ ਮੁੱਕ ਜਾਂਦੇ ਨੇ। ਜਲ ਦਰ ਸੰਗਮ ਕੇ ਅਫਲ ਸੈਂਬਲ ਦਰਮ, ਚੰਦਨ ਸੁਗੰਧ ਸਨਬੰਧ ਮਲਗਾਰ ਹੂੰ। ਕਹਿੰਦੇ, ਮੈਂ ਨਿਰਾਸ਼ ਹੋ ਜਾਂਦਾ, ਮੈਂ ਸਿਮਲ ਦੇ ਦਰਖਤ ਵਰਗਾ ਹਾਂ, ਉਹਨੂੰ ਭਾਵੇਂ ਬਰਸਾਤ ਦੀ ਸੰਗਤ ਜਦ ਪ੍ਰਾਪਤ ਹੁੰਦੀ ਹੈ ਨਾ ਤਾਂ ਵੀ ਉਹਨੂੰ ਫਲ ਨਹੀਂ ਲੱਗਦੇ, ਪਰ ਜੇ ਕਿਤੇ ਉਹਨੂੰ ਚੰਦਨ ਦੀ ਸੰਗਤ ਪ੍ਰਾਪਤ ਹੋ ਜਾਵੇ ਤੇ ਉਹਦੇ ਵਿੱਚ ਵੀ ਸੁਗੰਧ ਭਰ ਜਾਂਦੀ ਹੈ। ਬਿਲਕੁਲ ਇਉਂ ਮੈਂ ਸਿਮਲ ਦੇ ਦਰਖਤ ਵਰਗਾ ਹਾਂ, ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾਮ, ਉਹ ਹਾਲਤ ਮੇਰੀ ਹੈ। ਪਰ ਜਦ ਗੁਰੂ ਚੰਦਨ ਮੈਨੂੰ ਮਿਲੇ, ਸੁਗੰਧ ਮੇਰੇ 'ਚ ਵੀ ਭਰ ਜਾਂਦੀ ਹੈ। ਬੜੇ ਕਮਾਲ ਦੇ ਬਚਨ ਕਹੇ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਸਾਡੀ ਕਰਨੀ ਕਰਕੇ ਤੇ ਸਾਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਮਿਲੇ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਤੁਮਰੋ ਬਿਰਧ ਕਰ ਆਸਰੋ ਸੰਭਾਰ ਹੂੰ। ਮਾਲਕ ਵਾਹਿਗੁਰੂ, ਤੇਰਾ ਵੱਡਾ ਬਿਰਧ ਪਿਆਰ ਕਰਨ ਵਾਲਾ ਜੋ ਸੁਭਾਵ ਹੈ ਉਹਦਾ ਮੈਨੂੰ ਆਸਰਾ ਹੈ। ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਈ। ਕਹਿੰਦੇ, ਉਹ ਭਗਤਾਂ ਦਾ ਪਹਿ ਕੱਟ ਦੇਣ ਵਾਲਾ ਹੈ ਤੇ ਜਿਹੜੇ ਭਗਤ ਨੇ ਨਾ ਉਹ ਹਉਮੈ ਨੂੰ ਤਿਆਗ ਕੇ, ਹਉਮੈ ਮਾਰ ਮਿਲੇ ਭਗਤਾਰੇ, ਹੰਕਾਰ ਨੂੰ ਇੱਕ ਪਾਸੇ ਛੱਡ ਕੇ ਤੇ ਗੁਰੂ ਵੱਲ ਤੁਰਦੇ ਨੇ ਤੇ ਫਿਰ ਮਿਲਾਪ ਕਰ ਲੈਂਦੇ ਨੇ। ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮਹਿ ਆਏ। ਮਨੁੱਖ ਦੀ ਹਾਲਤ ਕੀ ਹੈ, ਲੱਖਾਂ ਯਤਨ ਕਰਕੇ ਵੀ ਕਾਲ ਤੋਂ ਮੌਤ ਤੋਂ ਨਹੀਂ ਬਚ ਸਕਦਾ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ। ਭਲਿਆ ਜਦ ਤੂੰ ਸੰਸਾਰ 'ਚ ਆਉਣ ਲੱਗਿਆ ਸੀ ਉਦੋਂ ਲਿਖ ਕੇ ਮਾਲਕ ਵਾਹਿਗੁਰੂ ਨੂੰ ਦੇ ਆਇਆ ਸੀ ਕਿ ਜਦ ਤੂੰ ਹੁਕਮ ਕਰੇਗਾ ਮੈਂ ਮਰ ਕੇ ਤੇਰੇ ਕੋਲ ਆਵਾਂਗਾ, ਤੇ ਮੌਤ ਤੋਂ ਬਚ ਕਿਸ ਤਰ੍ਹਾਂ ਸਕਦਾ ਹੈ। ਜਨਮ ਪਦਾਰਥ ਦੁਬਦਾ ਖੋਆ, ਆਪ ਨਾ ਚੀਨਸ ਭਰਾਮ ਭਰਾਮ ਰੋਵੈ। ਪਰ ਸਾਹਿਬ ਕਹਿੰਦੇ, ਕਮਾਲ ਦੀ ਗੱਲ ਹੈ, ਜਨਮ ਪਦਾਰਥ ਦੁਬਦਾ ਖੋਵੈ, ਮਨੁੱਖ ਦੁਬਦਾ ਵਿੱਚ ਹੀ ਜੀ ਰਿਹਾ ਹੈ। ਬਾਹਰ ਦੇ ਹੋਰ ਹੋਰ ਯਤਨ, ਉਮਰ ਹੋਰ ਲੰਮੀ ਕਰ ਲਿਆ, ਕੁਸ਼ਤੇ ਖਾ ਕੇ, ਡਰਾਈ ਫਰੂਟ ਖਾ ਕੇ, ਡਾਕਟਰਾਂ ਦੀਆਂ ਗੋਲੀਆਂ ਖਾ ਕੇ ਜੀਵਨ ਲੰਬਾ ਕਰਾਂ, ਪਰ ਜੀਵਨ ਸਫਲ ਕਰਾਂ ਇਹ ਫਿਕਰ ਨਹੀਂ ਹੈ। ਸਾਹਿਬਜ਼ਾਦਿਆਂ ਦਾ ਜੀਵਨ ਉਮਰ ਕਰਕੇ ਛੋਟਾ ਹੈ, ਪਰ ਸਫਲ ਇਤਨਾ ਹੈ ਕਿ ਅੱਜ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਉਸ ਸਫਲਤਾ ਨੂੰ ਦੁਨੀਆ ਸਿਜਦਾ ਕਰ ਰਹੀ ਹੈ।
ਪਰ ਆਮ ਮਨਮੁੱਖ ਬੰਦਾ ਆਪ ਨਾ ਚੀਨਸ ਭਰਮ ਭਰਮ ਰੋਵੈ, ਆਪਣੇ ਅੰਦਰ ਨੂੰ ਵੇਖ ਨਹੀਂ ਪਾਉਂਦਾ, ਜੀਵਨ ਮਿਲਿਆ ਕਿਉਂ ਹੈ ਸਮਝ ਨਹੀਂ ਪਾਉਂਦਾ, ਤੇ ਫਿਰ ਭਟਕਦਾ ਭਟਕਦਾ ਰੋਂਦਾ ਰਹਿੰਦਾ ਹੈ। ਕਹਿਤਾ ਪੜ੍ਹਤਾ ਸੁਣਤਾ ਏਕ ਧੀਰਜ ਧਰਮ ਧਰਨੀ ਧਰ ਟੇਕ। ਪਰ ਜਿਹੜਾ ਗੁਰਮੁਖ ਸਿੱਖ ਹੈ, ਜੋ ਹੰਸ ਬਿਰਤੀ ਵਾਲਾ ਹੈ, ਉਹ ਇੱਕ ਬਾਰੇ ਹੀ ਕਹਿੰਦਾ ਹੈ, ਇੱਕ ਬਾਰੇ ਹੀ ਪੜ੍ਹਦਾ ਹੈ, ਤੇ ਇੱਕ ਨੂੰ ਹੀ ਸੁਣਦਾ ਹੈ, ਇੱਕ ਅਕਾਲ ਪੁਰਖ ਵਾਹਿਗੁਰੂ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਮੜੀਆਂ ਮਸਾਣਾ ਵੱਲ ਨਹੀਂ ਜਾਂਦਾ, ਦੇਹਧਾਰੀ ਗੁਰੂਆਂ ਵੱਲ ਨਹੀਂ ਜਾਂਦਾ, ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵੱਲ ਤੁਰਦਾ ਏ, ਤੇ ਫਿਰ ਕੀ ਹੁੰਦਾ, ਉਹਨੂੰ ਧੀਰਜ ਵੀ ਮਿਲ ਜਾਂਦਾ ਏ, ਉਹਨੂੰ ਧਰਮ ਦੀ ਪ੍ਰਾਪਤੀ ਵੀ ਹੁੰਦੀ ਹੈ, ਕਿਉਂਕਿ ਧਰਤੀ ਦਾ ਆਸਰਾ ਮਾਲਕ ਵਾਹਿਗੁਰੂ ਜੀ ਹੈ, ਉਹਦੀ ਉਹ ਟੇਕ ਲੈ ਲੈਂਦਾ ਹੈ। ਜਤ ਸਤ ਸੰਜਮ ਹਿਰਦਾ ਸਮਾਏ ਚੌਥੇ ਪਦ ਕਉ ਜੇ ਮਨ ਪਤਿ ਆਏ। ਇਹੋ ਜੇ ਗੁਰਮੁਖ ਸਿੱਖ ਕੁਲ ਜਤ ਵੀ ਹੈ, ਏਕਾ ਨਾਰੀ ਜਤੀ ਹੋਏ, ਇਹੋ ਜੇ ਗੁਰਸਿੱਖ ਕੁਲ ਸੱਤ ਵੀ ਹੈ, ਸੱਚ ਤੇ ਪਹਿਰਾ ਦਿੰਦਾ ਏ, ਉਹਦੇ ਅੰਦਰ ਸੰਜਮ ਵੀ ਹੈ, ਇਹ ਤਿੰਨੇ ਗੁਣ ਉਹਦੇ ਹਿਰਦੇ ਚ ਸਮਾ ਜਾਂਦੇ ਨੇ, ਜੇ ਕਿਤੇ ਕੋਈ ਚੌਥੇ ਪਦ ਦੀ ਪ੍ਰਾਪਤੀ ਕਰਨਾ ਚਾਹੁੰਦਾ ਏ, ਜੇ ਉਹਦਾ ਮਨ ਉਸ ਪਾਸੇ ਲੋਚਦਾ ਏ, ਤੇ ਕਹਿੰਦੇ ਉਹਨੂੰ ਇਉਂ ਗੁਰੂ ਦੀ ਸਿੱਖਿਆ ਰਾਹੀਂ ਗੁਰਮੁਖ ਸਿੱਖ ਬਣਨਾ ਪਏਗਾ। ਸਾਚੇ ਨਿਰਮਲ ਮੈਲ ਨਾ ਲਾਗਾ ਗੁਰ ਕਾ ਸ਼ਬਦ ਭਰਮ ਭਉ ਭਾਗਾ। ਕਹਿੰਦੇ ਉਹ ਫਿਰ ਇਤਨਾ ਨਿਰਮਲ ਹੋ ਜਾਵੇਗਾ ਕਿ ਉਹਨੂੰ ਕੋਈ ਮੈਲ ਨਹੀਂ ਲੱਗੇਗੀ, ਗੁਰੂ ਦੇ ਸ਼ਬਦਾਂ ਰਾਹੀਂ ਉਹਦੇ ਭਰਮ ਮਿਟ ਜਾਣਗੇ, ਦੂਰ ਦੌੜ ਜਾਣਗੇ, ਤੇ ਉਹਨੂੰ ਅਸਲ ਧਰਮ ਦੀ ਸਮਝ ਆ ਜਾਵੇਗੀ। ਅਸਲ ਧਰਮ ਕੀ ਹੈ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਦੋਹੀ ਤੇ ਗੱਲਾਂ ਨੇ, ਹਰੀ ਦਾ ਨਾਮ ਜਪੋ ਤੇ ਨਿਰਮਲ ਕਰਮ ਕਰੋ। ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚਾ ਸਾਚ ਸਰੂਪ। ਕਹਿੰਦੇ ਮਾਲਕ ਵਾਹਿਗੁਰੂ ਜੀ ਦੀ ਸੂਰਤ ਵੀ ਬਹੁਤ ਸੋਹਣੀ ਹੈ, ਮੂਰਤ ਉਹਦੀ ਹੋਂਦ ਵੀ ਬਹੁਤ ਸੋਹਣੀ ਹੈ, ਆਦਿ ਅਨੂਪ ਆਰੰਭ ਤੋਂ ਜਿਹਦੀ ਉਪਮਾ ਕੀਤੀ ਨਹੀਂ ਜਾ ਸਕਦੀ, ਅਨੂਪ ਅਨ ਉਪਮਾ, ਉਹਦੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ, ਉਹ ਏਡਾ ਸੁੰਦਰ ਹੈ। ਤੇ ਕਹਿੰਦੇ ਕੀ ਕਰਨਾ ਚਾਹੀਦਾ, ਨਾਨਕ ਜਾਚੈ ਸਾਚ ਸਰੂਪ। ਨਾਨਕ ਤੇ ਭਾਈ ਕਹਿੰਦਾ ਇੱਕੋ ਜਾਚਨਾ ਕਰੋ, ਇੱਕੋ ਮੰਗ ਕਰੋ, ਉਹ ਸੱਚਾ ਸਰੂਪ ਮਾਲਕ ਵਾਹਿਗੁਰੂ ਜੀ ਦਾ ਸਾਡੇ ਅੰਦਰ ਟਿਕ ਜਾਵੇ, ਸਾਨੂੰ ਅੰਦਰੋਂ ਨਜ਼ਰ ਆ ਜਾਵੇ, ਤੇ ਫੇਰ ਗੱਲ ਬਣ ਜਾਵੇਗੀ। ਗੁਰੂ ਕਿਰਪਾ ਕਰੇ, ਬਹੁਤ ਆਨੰਦ ਬਣਿਆ ਹੈ, ਗੁਰੂ ਰਾਮਦਾਸ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ। ਹਉ ਮੂਰਖ ਕਾਰੇ ਲਾਇਆ ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ, 9.5 ਸਾਲ ਲਗਾਤਾਰ ਐਜ ਏ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਸੇਵਾਵਾਂ, ਹੁਣ 3 ਸਾਲ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਸੇਵਾਵਾਂ ਕਰਦੇ ਹਾਂ। ਇਹ ਬੇਨਤੀ ਅਕਸਰ ਹੁੰਦੀ ਸੀ, ਗੁਰੂ ਨੇ ਹੁਕਮ ਕੀਤਾ। ਮੈਂ ਧੰਨਵਾਦੀ ਹਾਂ ਸ਼੍ਰੋਮਣੀ ਕਮੇਟੀ ਦਾ, ਸਿੰਘ ਸਾਹਿਬ ਦਾ ਅਤੇ ਸਰਬੱਤ ਸਾਧ ਸੰਗਤ ਦਾ, ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ, ਮਾਲਕ ਵਾਹਿਗੁਰੂ ਜੀ ਦਾ। ਸਾਂਝੇ ਤੌਰ 'ਤੇ ਸਾਰਿਆਂ ਲਈ ਅਰਦਾਸ ਹੈ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ, ਕਰੋ ਕਿਰਪਾ। ਪਿਆਰ ਨਾਲ ਅਖੀਰਲੀ ਪੰਕਤੀ ਪੜ੍ਹੀਏ। ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।